इस दौर के अंदर बहुत सारिया गल्लां अकेरे रूप दे विच चलदियां ने। इस दौर के अंदर बहुत सारिया गल्लां इस ढंग दे नाल चलदियां ने कि होना चाहिए कि नहीं होना चाहिए, नई चीज़ां नूं ऐदां वेखीए, नई चीज़ां नूं ऐदां वेखीए। अते इस सिलसिले दे विच गल ऐदां तुरदी है कि बहुत सारे बंदे कहिंदे ने वर्तमान दे विच जीओ, बहुत सारे कहिंदे ने भविख नूं वेखो, बहुत सारे कहिंदे अतीत दे विच ना जाओ, ते बहुत सारे कहिंदे अतीत नूं वी वेखो। ਮੈਨੂੰ ਲੱਗਦਾ ਕਿ ਜੇ ਅਸੀਂ ਸਾਰੀਆਂ ਗੱਲਾਂ ਨੂੰ ਅਕਹਿਰਾ ਕਰਕੇ ਤੋਰਾਂਗੇ ਤਾਂ ਸ਼ਾਇਦ ਗੱਲ ਨਾ ਬਣੇ, ਪਰ ਜਦੋਂ ਅਸੀਂ ਤਿੰਨਾਂ ਗੱਲਾਂ ਨੂੰ ਮਾਇਨਿਆਂ ਦੇ ਵਿੱਚ ਸਮਝਾਂਗੇ, ਤਿੰਨਾਂ ਦੀ ਤੰਦ ਨੂੰ ਇੱਕ ਤੰਦ ਦੇ ਵਿੱਚ ਜੋੜ ਕੇ ਤੋਰਾਂਗੇ, ਫਿਰ ਗੱਲ ਬਣੇਗੀ। ਅਤੀਤ ਸਾਡੇ ਲਈ ਓਨਾ ਹੀ ਜ਼ਰੂਰੀ ਹੈ ਕਿਉਂਕਿ ਸਾਡੀਆਂ ਜੜ੍ਹਾਂ ਨੇ, ਵਰਤਮਾਨ ਸਾਡਾ ਉਹ ਤਣਾ ਹੈ, ਸਾਡਾ ਉਹ ਆਪਣੇ ਆਪ ਦੇ ਵਿੱਚ ਪੂਰਾ ਸਰੂਪ ਹੈ, ਅਤੇ ਭਵਿੱਖ ਇਸੇ 'ਤੇ ਤੈਅ ਕਰਦਾ ਕਿ ਸਾਡਾ ਅਤੀਤ ਕਿਹੋ ਜਿਹਾ, ਉਸ ਦੇ ਅੰਦਰ ਸਾਡੀ ਅਪਬ੍ਰਿੰਗਿੰਗ ਕਿਹੋ ਜਿਹੀ ਹੋਈ ਹੈ, ਸਾਡੀਆਂ ਰੂਟਸ ਕਿੱਥੇ ਨੇ, ਅਸੀਂ ਕਿੱਥੋਂ ਆਉਂਦੇ ਹਾਂ, ਅਤੇ ਉਹ ਸਾਰੀਆਂ ਗੱਲਾਂ ਅਸੀਂ ਕਿਵੇਂ ਵੇਖਦੇ ਹਾਂ। ਅਸੀਂ ਉਹ ਵੇਖਦੇ ਹਾਂ ਆਪਣੀਆਂ ਨਿਸ਼ਾਨੀਆਂ, ਉਹ ਨਿਸ਼ਾਨੀਆਂ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਉਹ ਨਿਸ਼ਾਨੀਆਂ ਲਿਖਤੀ ਤੌਰ 'ਤੇ ਹੋ ਸਕਦੀਆਂ ਨੇ, ਉਹ ਨਿਸ਼ਾਨੀਆਂ ਮੌਖਿਕ ਪਰੰਪਰਾ ਦੇ ਵਿੱਚੋਂ ਸਾਡੇ ਤੱਕ ਪਹੁੰਚ ਸਕਦੀਆਂ ਨੇ। ਸੀਨਾ ਬਸੀਨਾ ਕਹਾਣੀਆਂ ਤੁਰਦੀਆਂ ਨੇ, ਬਵਾਣੀਆਂ ਕਹਾਣੀਆਂ ਤੁਰਦੀਆਂ ਨੇ, ਉਹ ਸਾਡੇ ਕੋਲ ਇਤਿਹਾਸ ਦੇ ਰੂਪ ਦੇ ਵਿੱਚ ਵੀ ਹੈ, ਉਹ ਸਾਡੇ ਕੋਲ ਕਲਚਰ ਦੇ ਰੂਪ ਦੇ ਵਿੱਚ ਵੀ ਹੈ, ਇਹ ਸੱਭਿਅਤਾ ਆ, ਅਤੇ ਇਸੇ ਸੱਭਿਅਤਾ ਦੇ ਨਾਲ ਇੱਕ ਬੰਦੇ ਦੀ ਮੁਕੰਮਲ ਪਛਾਣ ਬਣਦੀ ਹੈ ਕਿ ਇਹ ਬੰਦਾ ਇਸ ਧਰਤੀ ਤੋਂ ਸੰਬੰਧਿਤ ਹੈਗਾ, ਅਤੇ ਇਸੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਤੋਰਦਾ ਆ। ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇਸ ਪੂਰੀ ਬਹਿਸ ਦੇ ਅੰਦਰ ਬਹੁਤ ਸਾਰੇ ਬੰਦੇ ਨੇ ਜਿਹੜੇ ਇਸੇ ਗੱਲਾਂ ਨੂੰ ਫਿਕਰਮੰਦ ਹੋ ਕੇ ਅਤੇ ਉਹ ਉਹਨਾਂ ਚੀਜ਼ਾਂ ਨੂੰ ਇੱਕ ਭੂਗੋਲਿਕ ਤੌਰ ਦੇ ਉੱਤੇ ਖੜ੍ਹਾ ਕਰਦੇ ਨੇ। ਵਣਜਾਰਾ ਇੱਕ ਅਜਿਹੀ ਵਿਰਾਸਤ ਹੈ ਜਿਹੜੀ ਕੈਨੇਡਾ ਦੇ ਵਿੱਚ ਖੜ੍ਹੀ ਹੋਈ ਹੈ। ਰਾਜ ਸਿੰਘ ਭੰਡਾਲ ਹੁਣਾਂ ਨੇ ਸ਼ੁਰੂ ਕੀਤੀ ਹੈ। ਇਹ ਆਪਣੇ ਆਪ ਦੇ ਵਿੱਚ ਇਹਨੂੰ ਅਜਾਇਬ ਘਰ ਕਹਾਂਗੇ ਜਾਂ ਕੀ ਕਹਾਂਗੇ, ਜਾਂ ਖਜ਼ਾਨੇ ਦਾ ਘਰ ਕਹਾਂਗੇ ਜਾਂ ਆਪਣੇ ਆਪ ਦਾ ਸਿਰਨਾਵਾ ਕਹਾਂਗੇ, ਇਹ ਮੁਕੰਮਲ ਪਛਾਣ ਹਜੇ ਬਣ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਓਨੀ ਹੀ ਜ਼ਰੂਰੀ ਹੋ ਜਾਏਗੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ, ਉਹਨਾਂ ਨੂੰ ਵੀ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਪੰਡਾਲ ਸਾਹਿਬ, ਗੱਲਾਂ ਆਪਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਇਹ ਜ਼ਰੂਰ ਦੱਸ ਦਿਓ ਤਾਂ ਕਿ ਸਾਡੇ ਦਰਸ਼ਕ ਇਹ ਸਮਝ ਸਕਣ, ਜਾਂ ਉਹਨਾਂ ਦੇ ਲਈ, ਬਹੁਤ ਸਾਰੇ ਦਰਸ਼ਕਾਂ ਦੇ ਲਈ ਤੁਸੀਂ ਇੱਕ ਸ਼ਖਸੀਅਤ ਦੇ ਤੌਰ 'ਤੇ ਤੁਹਾਡੀ ਉਹਨਾਂ ਨਾਲ ਜਾਣ ਪਛਾਣ ਨਹੀਂ। ਮੈਨੂੰ ਲੱਗਦਾ ਕਿ ਕਿਸੇ ਵੀ ਸੰਵਾਦ ਦਾ ਸਿਲਸਿਲਾ ਤਾਂ ਹੋਰ ਜ਼ਿਆਦਾ ਸਵਾਦਲਾ ਬਣ ਜਾਂਦਾ, ਤਾਂ ਹੋਰ ਜ਼ਿਆਦਾ ਭਾਵਪੂਰਨ ਬਣ ਜਾਂਦਾ ਜੇ ਸਭ ਤੋਂ ਪਹਿਲਾਂ ਤੁਸੀਂ ਇਹ ਦੱਸ ਦਿਓ ਕਿ ਰਾਜ ਸਿੰਘ ਭੰਡਾਲ ਕੌਣ ਹੈ। ਹਲੇ ਤੱਕ ਭਾਲ ਜਾ ਰਹੀ ਹੈ ਜੀ, ਰਾਜ ਸਿੰਘ ਭੰਡਾਲ ਜੀ ਪਤਾ ਲੱਗ ਗਿਆ, ਇਨਵਰਡ ਜਰਨੀ ਹੈ ਇਹ, ਬੜਾ ਰਵਾਇਤੀ ਜਿਹਾ ਸਵਾਲ ਹੁੰਦਾ ਆ। ਹਾਂਜੀ, ਪਰ ਫਿਰ ਵੀ ਇਹ ਆਪਣੇ ਆਪ ਦੇ ਵਿੱਚ ਹੈਗਾ ਕਿ ਰਾਜ ਸਿੰਘ ਭੰਡਾਲ ਕੈਨੇਡਾ ਕਿਵੇਂ ਪਹੁੰਚ ਗਿਆ। ਯਕੀਨਨ ਜਿਸ ਤਰ੍ਹਾਂ ਦਾ ਇਹ ਸ਼ਖਸ ਹੈ, ਜਿਸ ਤਰ੍ਹਾਂ ਦਾ ਇਹਦਾ ਸਰੂਪ ਹੈ, ਜਿਸ ਤਰ੍ਹਾਂ ਦਾ ਇਹਦਾ ਨਾਮ ਹੈ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਹੀ ਗਿਆ ਆ, ਅਤੇ ਪਰ ਪੰਜਾਬ 'ਚੋਂ ਕਿਵੇਂ ਗਿਆ, ਪੰਜਾਬ 'ਚ ਕਿਵੇਂ ਸੀ, ਅਤੇ ਇਸ ਵਕਤ ਰਾਜ ਸਿੰਘ ਭੰਡਾਲ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਵੇਖਦਾ, ਉਹ ਪੰਜਾਬ ਵੱਲ ਵੇਖਦਾ ਜਾਂ ਆਪਣੇ ਬਤੌਰ ਕੈਨੇਡੀਅਨ ਭਵਿੱਖ ਅੱਗੇ ਵੇਖਦਾ, ਜਾਂ ਆਪਣੇ ਕਿਸ ਤਰ੍ਹਾਂ ਵੇਖਦਾ, ਇਹ ਸਾਰੀ ਚੀਜ਼ ਨੂੰ ਵੈਸੇ ਵਿਆਖਿਆ ਕਰਨਾ ਥੋੜ੍ਹਾ ਔਖਾ ਹੁੰਦਾ, ਪਰ ਫਿਰ ਵੀ ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਇਸ ਦੀ ਵਿਆਖਿਆ ਕਰੋ ਜੀ। ਜੀ, ਰਾਜ ਸਿੰਘ ਪੰਡਾਲ ਸਾਰਿਆਂ ਤੋਂ ਪਹਿਲਾਂ ਆਪਣੇ ਆਪ ਨੂੰ ਸਿੱਖ ਦੇਖਦਾ, ਸ਼ਾਇਦ ਜੀ ਸਿੱਖ ਨਹੀਂ ਹੈ ਪਰ ਸਫ਼ਰਦਾਰੀ ਹੈ। ਲੁਧਿਆਣੇ 'ਚ ਜਨਮ ਹੋਇਆ ਜੀ, ਉਸ ਤੋਂ ਬਾਅਦ ਨਵਾਂਸ਼ਹਿਰ ਰਹੇ ਹਾਂ ਜੀ, ਫਿਰ ਘੁੰਮਦੇ ਘੁੰਮਾਉਂਦੇ ਸਰੀ ਪਹੁੰਚ ਗਏ ਹਾਂ, ਸੋ ਹੁਣ ਪੱਕਾ ਘਰ ਸਰੀ ਹੈ ਜੀ। ਪਰ ਜਿਹੜੀ ਜਿਹਨੂੰ ਨਾੜੂਆ ਕਹਿ ਲਓ ਜਾਂ ਅੰਬਿਲੀਕਲ ਕੋਡ ਕਹਿ ਲਓ, ਉਹ ਹਲੇ ਵੀ ਪੰਜਾਬ ਨਾਲ ਜੁੜੀ ਹੋਈ ਹੈ, ਸੋ ਉਹ ਹਮੇਸ਼ਾ ਹੀ ਇੱਦਾਂ ਹੀ ਰਹੇਗੀ। ਤੁਸੀਂ ਪੰਜਾਬੀ ਨੂੰ ਪੰਜਾਬ 'ਚੋਂ ਕੱਢ ਲਓ, ਜਿੱਦਾਂ ਆਪਾਂ
ਸਾਰੇ ਮੰਨਦੇ ਆ, ਪਰ ਪੰਜਾਬ ਉਹਦੇ ਚੋਂ ਨਹੀਂ ਕੱਢ ਸਕਦੇ। ਬਿਲਕੁਲ, ਉਹ ਕਿਤੇ ਵੀ ਜਾ ਕੇ ਰਹੇ, ਜਿਹੜੀ ਸਾਡੀ ਜਿਹੜਾ ਸਾਡਾ ਰੈਫਰੈਂਸ ਪੁਆਇੰਟ ਆ ਨਾ, ਉਹ ਮੁੜ ਘਿੜ ਕੇ ਉਹ ਚਾਹੇ ਅਨੰਦਪੁਰ ਸਾਹਿਬ ਕਹਿ ਲਓ, ਚਾਹੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਕਹਿ ਲਓ, ਉਹ ਮੁੜ ਕੇ ਸਾਡੀ ਤੰਦ ਉੱਥੇ ਜੁੜਦੀ ਹੈ। ਜੀ ਇੱਕ ਮੈਂ ਕਹਿੰਦਾ ਹੁੰਦਾ ਉਹ ਕੋਟ ਹੈ, ਮੈਨੂੰ ਬੜੀ ਵਧੀਆ ਲੱਗਦੀ ਹੈ ਕਿ ਸਟਰਗਲ ਆਫ ਮੈਨ ਅਗੇਂਸਟ ਪਾਵਰ ਇਜ਼ ਦ ਸਟਰਗਲ ਆਫ ਮੈਮਰੀ ਅਗੇਂਸਟ ਫੋਰਗੈਟਿੰਗ। ਤੋ ਭੁੱਲ ਨਹੀਂ ਸਕਦੇ ਅਸੀਂ ਕਿ ਕਿੱਥੋਂ ਆਏ ਤੇ ਕੀ ਇਤਿਹਾਸ ਹੈ ਸਾਡਾ। ਜੀ ਤੇ ਫਿਰ ਸੁਭਾਵਕ ਹੈ ਕਿ ਤੁਸੀਂ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਜਾਂਦੇ ਨੇ ਬਾਕੀ ਸੱਜਣ, ਉਸੇ ਤਰ੍ਹਾਂ ਤੁਹਾਡੀ ਵੀ ਇੱਕ ਜਰਨੀ ਉਸੇ ਤਰ੍ਹਾਂ ਹੋਏਗੀ, ਜਿਸ ਦੇ ਅੰਦਰ ਰੋਜ਼ੀ ਰੋਟੀ ਵੀ ਸ਼ਾਮਿਲ ਹੋਏਗੀ, ਜਿਸ ਦੇ ਅੰਦਰ ਬਿਹਤਰ ਭਵਿੱਖ ਦੀ ਤਲਾਸ਼ ਵੀ ਹੋਏਗੀ, ਜਿਸ ਦੇ ਅੰਦਰ ਹੋਏਗਾ ਕਿ ਕੁਛ ਆਪਣੇ ਸੁਪਨਿਆਂ ਦਾ ਕੁਛ ਸਿਰਜੀਏ। ਅਤੇ ਉਸ ਦੇ ਵਿੱਚ ਤੁਹਾਡੀ ਜਿਹੜੀ ਪ੍ਰੇਰਨਾ ਆ ਉਹ ਪਹਿਲਾਂ ਦੀਆਂ ਕਹਾਣੀਆਂ ਵੀ ਰਹੀਆਂ ਹੋਣਗੀਆਂ, ਤੁਹਾਡੇ ਆਲੇ ਦੁਆਲਿਓਂ ਬਹੁਤ ਸਾਰੇ ਬੰਦੇ ਪ੍ਰਵਾਸ ਕਰ ਗਏ ਹੋਣਗੇ। ਪ੍ਰਵਾਸ ਬੰਦੇ ਦਾ ਸੁਭਾਅ ਆ, ਹੁੰਦਾ ਆ, ਅਤੇ ਇਹ ਚੰਗਾ ਜਾਂ ਮਾੜਾ ਇਹ ਆਪਣੇ ਆਪ ਦੇ ਵਿੱਚ ਬੜੀ ਅੰਤਹੀਨ ਬਹਿਸ ਹੈ ਜਿਹਦਾ ਕੋਈ ਅੰਤ ਨਹੀਂ ਹੈ। ਪਰ ਰਾਜ ਸਿੰਘ ਭੰਡਾਲ ਫਿਰ ਉਸ ਤੋਂ ਬਾਅਦ ਇੱਕ ਵਣਜਾਰਾ ਦੇ ਨਾਲ ਜੁੜਦਾ ਆ, ਇਹ ਆਪਣੇ ਆਪ ਦੇ ਸ਼ਬਦ ਦੇ ਨਾਲ ਜੁੜਦਾ। ਇਹ ਵਣਜਾਰਾ ਜਿਹੜਾ ਤੁਹਾਡਾ ਅਜਾਇਬ ਘਰ ਹੈ ਜਿਹਨੂੰ ਤੁਸੀਂ ਸੰਭਵ ਬਣਾ ਰਹੇ ਹੋ ਕਿ ਕੈਨੇਡਾ ਦੇ ਅੰਦਰ ਹੋਵੇ, ਇਹ ਵਿਚਾਰ ਕਿਵੇਂ ਆਇਆ? ਇਸ ਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਅਤੇ ਇਹਦੇ ਪਿੱਛੇ ਕਾਰਨ ਕੀ ਹੈ, ਕਿਉਂ ਕਰਨਾ ਚਾਹੁੰਦੇ ਹੋ ਤੁਸੀਂ? ਜਦੋਂ ਦੂਸਰੇ ਤਾਂ ਰੋਜ਼ੀ ਰੋਟੀ ਦੀ ਇੱਕ ਜੱਦੋ ਜਹਿਦ ਹੈ, ਪਰ ਫਿਰ ਵੀ ਇਹ ਸਭ ਦੇ ਸਭ ਇਹ ਸਾਰਾ ਕੁਛ ਤੁਹਾਡੇ ਲਈ ਜ਼ਰੂਰੀ ਕਿਉਂ ਹੈ? ਮੈਂ ਸੰਕੇਤਕ ਤੌਰ 'ਤੇ ਗੱਲ ਕਰਾਂਗਾ ਜੀ। ਬਿਲਕੁਲ, ਜਾਰਾ ਜਿਹਨਾਂ ਕੋਲ ਆਪਣੇ ਘਰ ਹੈ ਨਹੀਂ ਗੇ ਜੀ, ਉਹ ਘੁੰਮਦੇ ਰਹਿੰਦੇ ਨੇ, ਕਦੀ ਕਿੱਥੇ ਬਹਿ ਗਏ ਕਦੀ ਕਿੱਥੇ ਬਹਿ ਗਏ। ਸੋ ਜਦ ਤੱਕ ਪੱਕੀ ਛੱਤ ਨਹੀਂ ਬਣਦੀ ਉਹਨਾਂ ਦਾ ਆਵਾਸ ਪ੍ਰਵਾਸ ਚੱਲਦਾ ਹੀ ਰਹਿੰਦਾ ਜੀ। ਦੂਸਰਾ ਇਹ ਕਿਸ ਤਰ੍ਹਾਂ ਆਇਆ ਕਿ ਜਿਹੜਾ ਪਿਛਲੇ ਨੂੰ ਯਾਦ ਕਰਨਾ ਜੀ ਉਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਅਗਾਂਹ ਨੂੰ ਤੁਰਨਾ। ਬਿਲਕੁਲ, ਜੇ ਅਸੀਂ ਨਵੀਆਂ ਚੀਜ਼ਾਂ ਅਡੋਪਟ ਕਰ ਰਹੇ ਹਾਂ, ਨਵੀਂ ਬੋਲੀ, ਪਹਿਰਾਵਾ, ਖਾਣ ਪਾਣ, ਨਵੀਂ ਥੋਟ ਜੀ, ਅਤੇ ਨਾਲ ਜੇ ਅਸੀਂ ਪਿਛਲੇ ਨੂੰ ਭੁੱਲਾਂਗੇ ਤੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ। ਜਿਸ ਤਰ੍ਹਾਂ ਅਸੀਂ ਆਪਣੇ ਪੁਰਾਣੇ ਸ਼ਖਸੀਅਤਾਂ ਨੂੰ ਯਾਦ ਕਰਦੇ ਹਾਂ, ਆਪਣੇ ਪੁਰਾਣੇ ਇਤਿਹਾਸ ਨੂੰ, ਪੁਰਾਣੇ ਸਿੰਘਾਂ ਨੂੰ ਯਾਦ ਕਰਦੇ ਹਾਂ, ਕੋਈ ਵਜ੍ਹਾ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਉਹ ਸਾਡੇ ਉਹ ਰੈਫਰੈਂਸ ਪੁਆਇੰਟ ਬਣੇ ਹੋਏ ਨੇ, ਉਹਨਾਂ ਤੋਂ ਹੀ ਸਾਨੂੰ ਬਲ ਮਿਲਦਾ ਹੈ, ਸ਼ਕਤੀ ਮਿਲਦੀ ਹੈ ਗਾਹਾਂ ਨੂੰ ਤੁਰਨ ਦੀ ਜੀ। ਉਹ ਰੇਸ ਕਰ ਬੈਠੇ ਕਿਤੇ ਜਾਣੇ ਜਾਂ ਅਣਜਾਣੇ ਵਿੱਚ, ਸੋ ਉਹ ਸਾਡੀ ਰੋਸ਼ਨੀ ਹੈ ਔਰ ਉਹ ਸਾਨੂੰ ਅਗਾਂਹ ਲਿਜਾਣ 'ਚ ਸਹਾਈ ਹੁੰਦੀ ਹੈ ਜੀ। ਉਹ ਡਿਲੀਟ ਕਰ ਦਿੱਤਾ ਜਾਂ ਕਿਸੇ ਨੇ ਕਰਵਾ ਦਿੱਤਾ ਸਾਡੇ ਤੋਂ, ਅਗੇਨ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ। ਸੋ ਇੱਕ ਤਾਂ ਉਹ ਰੀਜ਼ਨ ਹੈ ਇਹ ਸਾਰਾ ਕੁਛ ਇਕੱਠਾ ਕਰਨ ਦਾ। ਦੂਸਰਾ ਬੜਾ ਦੁੱਖ ਹੁੰਦਾ ਸੀ ਜੀ ਜਦੋਂ ਜੇ ਅਸੀਂ ਕਿਸੇ ਹੋਰ ਕੌਮਾਂ ਦੀ ਵਿਰਾਸਤਾਂ ਬਾਰੇ ਵੇਖਦੇ ਹਾਂ ਤਾਂ ਤੁਸੀਂ 1200, 1300, 1400 ਤੱਕ ਜਾ ਸਕਦੇ ਹੋ, ਉਹਨਾਂ ਕੋਲ ਚੀਜ਼ਾਂ ਹਾਲੇ ਵੀ ਉੱਦਾਂ ਹੀ ਕਾਇਮ ਨੇ। ਔਰ ਜੇ ਆਪਾਂ ਆਪਣੀ ਕੋਈ ਕਿਤਾਬ ਪ੍ਰਿੰਟਡ ਲੱਭਣੀ ਹੋਵੇ ਲੈਟਸ ਸੇ 1900 ਤੋਂ ਪਹਿਲਾਂ ਦੀ ਜੀ, ਬਹੁਤ ਦਿੱਕਤ ਆ ਰਹੀ ਹੈ ਇਸ ਟਾਈਮ। ਏਦਾਂ ਨਹੀਂ ਹੈਗਾ ਕਿ ਉਹ ਛਪੀਆਂ ਨਹੀਂ, ਕਿਉਂਕਿ ਆਪਣੇ ਕੋਲ ਤਾਂ ਹੈ ਥੋੜ੍ਹੀਆਂ ਕਿਤਾਬਾਂ ਜਿਹੜੀਆਂ ਉਸ ਤੋਂ ਪਹਿਲਾਂ ਛਪੀਆਂ ਹੋਈਆਂ ਨੇ, ਪਰ ਤੁਸੀਂ ਜਿਹੜੇ ਪਬਲਿਸ਼ਰ ਨੇ ਬੇਸ਼ੱਕ ਅੰਮ੍ਰਿਤਸਰ 'ਚ ਨੇ, ਉਹਨਾਂ ਨਾਲ ਜਦੋਂ ਰਾਬਤਾ ਕਾਇਮ ਕਰਦੇ ਹੋ ਤਾਂ ਤੁਸੀਂ ਉਹਨਾਂ ਨੂੰ ਪੁੱਛਦੇ ਹੋ ਕੋਈ ਕਿਤਾਬ ਸਾਨੂੰ ਦੇ ਦਿਓ ਜਿਹੜੀ ਪਹਿਲਾਂ ਦੀ ਪ੍ਰਿੰਟ ਹੋਈ ਹੋਈ ਆ ਜੀ। ਉਹਨਾਂ ਦਾ ਇੱਕ ਭਾਈ ਸਾਹਿਬ ਦਾ ਜਵਾਬ ਸੀਗਾ ਕਿ ਇਹ ਵਗਦਾ ਪਾਣੀ ਹੈ, ਅਸੀਂ ਪੁਰਾਣਾ ਕੁਛ ਨਹੀਂ ਰੱਖਦੇ, ਇੱਥੇ ਆਓ ਅਤੇ ਚੂਲੀ ਭਰੋ ਜਾਂ ਚੁੱਭੀ, ਜਿੱਦਾਂ ਵੀ ਤੁਹਾਡੀ ਕਪੈਸਿਟੀ ਆ ਜਾਂ ਕੇਪੇਬਿਲਿਟੀ ਆ। ਉਹ ਮੈਨੂੰ ਸੁਣ ਕੇ ਥੋੜ੍ਹਾ ਅੱਛਾ ਨਹੀਂ ਲੱਗਾ ਜੀ ਕਿ ਜੇ ਉਹ ਨਹੀਂ ਸਾਂਭ ਰਹੇ ਤਾਂ ਜਿਹੜੇ ਪੜ੍ਹਨ ਵਾਲੇ ਨੇ ਉਹ ਕਿੱਦਾਂ ਸਾਂਭਣਗੇ। ਬਿਲਕੁਲ, ਸੋ ਇਸ ਤਰ੍ਹਾਂ ਇਹ ਸਫ਼ਰ ਹੋਇਆ ਔਰ ਇੱਕ ਚੀਜ਼ ਤੋਂ ਇੱਕ ਚੀਜ਼ ਇਕੱਠੀ ਹੁੰਦੀ ਗਈ, ਬੂੰਦ ਬੂੰਦ ਜਿੱਦਾਂ ਆਪਾਂ ਕਹਿ ਲਈਦਾ ਜੀ। ਆਪਣੇ ਕੋਲ ਵਾਹਿਗੁਰੂ ਦੀ ਮਿਹਰ ਨਾਲ ਤਕਰੀਬਨ 3,000 ਚੀਜ਼ਾਂ ਪਈਆਂ ਹੋਈਆਂ ਨੇ, ਉਹਨਾਂ 'ਚ ਕਿਤਾਬਾਂ ਨੇ, ਮੈਡਲ ਨੇ, ਕਿਰਪਾਨਾਂ ਨੇ, ਟਿਊਨਿਕ ਬਟਨਸ ਨੇ, ਨਕਸ਼ੇ ਨੇ ਜੀ,
ਜੰਗ ਦੀਆਂ ਤਸਵੀਰਾਂ ਨੇ, ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ, ਸੋ ਇਸ ਤਰ੍ਹਾਂ ਦਾ ਮੈਂ ਉਹਨਾਂ ਨੂੰ ਵਡਬੋਲੀਆਂ ਕਹਿੰਦਾ ਜਿਹੜੀਆਂ ਚੀਜ਼ਾਂ ਆਪਾਂ ਇਕੱਠੀਆਂ ਕੀਤੀਆਂ ਹੋਈਆਂ ਨੇ। ਬਿਲਕੁਲ। ਜਿਹੜੇ ਵਣਜਾਰਾ ਅਜਾਇਬ ਘਰ ਹੈ ਇਹਦਾ ਤੁਸੀਂ ਪੂਰਾ ਨਾਮ ਕੀ ਰੱਖਿਆ ਹੈ? ਇਹਦਾ ਜੀ ਵਣਜਾਰਾ ਨੋਮੈਡ ਕਲੈਕਸ਼ਨਸ ਲਿਮਿਟਿਡ। ਓਕੇ। ਇਹ ਸਰੀ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਆ? ਹਲੇ ਇੱਕ ਬੜੀ ਨਾ ਸਿਕਿਓਰ ਲੋਕੇਸ਼ਨ 'ਚ ਅਸੀਂ ਰੱਖਿਆ ਹੋਇਆ। ਓਕੇ। ਕੀ ਜਗ੍ਹਾ ਦੀ ਤਲਾਸ਼ ਹਲੇ ਹੋ ਰਹੀ ਆ। ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਅੱਛੀ ਜਗ੍ਹਾ ਹੋਵੇ ਕਿ ਜਿੱਥੇ ਅਸੀਂ ਸਾਰਾ ਸਮਾਨ ਰੱਖੀਏ, ਤੇ ਦੇਖਣ ਵਾਲੇ ਚਾਹੇ ਉਹ ਆਪਣੀ ਕੌਮ ਦੇ ਨੇ ਚਾਹੇ ਦੂਸਰੀਆਂ ਕੌਮਾਂ ਦੇ ਨੇ, ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਜੀ। ਤੇ ਇਹਨੂੰ ਤੁਸੀਂ ਕਿੰਜ ਦਾ ਬਣਾਉਣਾ ਚਾਹੁੰਦੇ ਹੋ? ਇਹਦੇ ਵਿੱਚ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਕਿ ਆਹ ਫੁਲਵਾੜੀ ਦੀਆਂ ਵਨਗੀਆਂ ਨੇ ਕਿ ਇਹ ਇਸ ਦੇ ਵਿੱਚ ਹੋਣ, ਤੇ ਉਹ ਕਿਉਂ ਰੱਖਣਾ ਚਾਹੁੰਦੇ ਹੋ, ਕਿਉਂ ਜ਼ਰੂਰੀ ਨੇ? ਜੇ ਆਪਾਂ ਮਿਊਜ਼ੀਅਮ ਦੀ ਗੱਲ ਕਰ ਲਈਏ ਜਾਂ ਲਾਇਬ੍ਰੇਰੀ ਦੀ ਗੱਲ ਕਰ ਲਈਏ, ਉਹ ਮੈਨੂੰ ਇੱਦਾਂ ਲੱਗਦਾ ਕਿ ਉਹ ਕੌਮਾਂ ਦੀਆਂ ਰੂਹਾਂ ਹੁੰਦੀਆਂ ਨੇ ਉਹ ਜੀ। ਤੇ ਜੇ ਕੋਈ ਦੇਖਦਾ ਉਹਨਾਂ ਨੂੰ ਆ ਕੇ, ਚਾਹੇ ਉਹ ਨਲੰਦਾ ਸੀਗੀ, ਚਾਹੇ ਤਕਸ਼ਿਲਾ ਸੀ, ਈਜਿਪਟ 'ਚ ਰੱਖ ਲਓ ਜਾਂ ਇਰਾਕ 'ਚ ਰੱਖ ਲਓ, ਜਿੱਥੇ ਜਿੱਥੇ ਜਗ੍ਹਾ ਬਿਗ ਲਾਇਬ੍ਰੇਰੀਜ਼ ਨੇ ਜੀ, ਉਹ ਇੱਕ ਕੌਂਸਟੈਂਟ ਰਿਮਾਈਂਡਰ ਵੀ ਆ ਤੁਹਾਡੇ ਲਈ, ਤੁਹਾਡੇ ਲਈ ਵੀ ਆ ਤੇ ਦੂਸਰੇ ਲਈ ਵੀ ਆ। ਉਹ ਤਕਰੀਬਨ ਤੁਹਾਡਾ ਕਹਿ ਲਓ ਉਹ ਤੁਹਾਡੀ ਰੈਜ਼ਮੇ ਆ ਕਿ ਦੂਸਰੀਆਂ ਕੌਮਾਂ ਵੀ ਆ ਕੇ ਤੁਹਾਡੇ ਬਾਰੇ ਪਤਾ ਕਰ ਸਕਦੀਆਂ ਨੇ ਕਿ ਇਤਿਹਾਸ 'ਚ ਕੀ ਮੱਲਾਂ ਮਾਰੀਆਂ ਹੋਈਆਂ ਨੇ। ਜਦੋਂ ਇਹ ਤੁਹਾਡਾ ਸੁਪਨਾ ਆ ਤੇ ਇਹ ਵਾਕਈ ਬਹੁਤ ਵਧੀਆ ਆ, ਤੁਹਾਨੂੰ ਕਿਉਂ ਲੱਗਦਾ ਕਿ ਕੈਨੇਡਾ ਦੀ ਧਰਤੀ 'ਤੇ ਹੀ ਅਜਿਹਾ ਕੋਈ ਇਸ ਤਰ੍ਹਾਂ ਦਾ ਘਰ ਹੋਣਾ ਚਾਹੀਦਾ ਜਿਹਨੂੰ ਤੁਸੀਂ ਵਣਜਾਰਾ ਅਜਾਇਬ ਘਰ ਨਾਮ ਦਿੰਦੇ ਹੋ ਅਤੇ ਉਹਨੂੰ ਇੱਥੇ ਸਰੀ ਦੇ ਵਿੱਚ ਬਣਾ ਰਹੇ ਹੋ? ਜੀ ਜੀ, ਇਕੱਲਾ ਕੈਨੇਡਾ ਨਹੀਂ ਹੋਣਾ ਚਾਹੀਦਾ। ਹਰ ਨਾਨਕ ਨਾਮ ਲੇਵਾ, ਹਰ ਸਿੱਖ ਦੇ ਘਰ ਇੱਕ ਛੋਟਾ ਜਿਹਾ ਅਜਾਇਬ ਘਰ ਹੋਣਾ ਚਾਹੀਦਾ। ਇਹ ਆਪਾਂ ਨੂੰ ਆਦਤ ਪੈਣੀ ਚਾਹੀਦੀ ਹੈ ਕਿ ਜਿਹੜੀਆਂ ਆਪਣੀਆਂ ਪੁਰਖਾਂ ਦੀਆਂ ਨਿਸ਼ਾਨੀਆਂ ਨੇ, ਜਦੋਂ ਆਪਣੇ ਉਹਨਾਂ ਦੀ ਮੌਤ ਹੋ ਜਾਂਦੀ ਜਾਂ ਉਹ ਪੂਰੇ ਹੋ ਜਾਂਦੇ ਨੇ, ਆਪਾਂ ਕਾਹਲ ਨਾ ਕਰੀਏ ਕਿ ਸਮਾਨ ਇਕੱਠਾ ਕਰਕੇ ਕਿਸੇ ਨੂੰ ਦੇ ਦਈਏ। ਬਿਲਕੁਲ। ਇਹ ਇੱਕ ਇਸ਼ਾਰਾ ਹੈ, ਇੱਕ ਸੰਕੇਤ ਹੈ ਵੀ ਜੇ ਇੰਨੀ ਦੂਰ ਬੈਠੇ ਅਸੀਂ ਕੁਛ ਇਕੱਠਾ ਕਰ ਸਕਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕੋਈ ਵੀ ਨਹੀਂ ਇਕੱਠਾ ਕਰ ਰਿਹਾ, ਪਰ ਇਹ ਇੱਕ ਆਪਣੀ ਸਹਿਜ ਸੁਭਾਅ, ਇੱਕ ਆਪਣੀ ਆਦਤ ਪੈਣੀ ਚਾਹੀਦੀ ਆ ਕਿ ਅਸੀਂ ਪੁਰਾਣਾ ਨਹੀਂ ਗਵਾਉਣਾ ਆਪਣਾ। ਜਿੰਨੇ ਵੀ ਆਪਣੇ ਦੇਖਣ ਤੇ ਸੁਣਨ ਵਾਲੇ ਆ, ਉਹਨਾਂ ਅੱਗੇ ਬੇਨਤੀ ਹੈ ਕਿ ਆਪਣੇ ਸੰਦੂਕਾਂ 'ਚ ਨਿਗਾਹ ਮਾਰੋ, ਆਪਣੀ ਪਛਤੀਆਂ 'ਚ ਨਿਗਾਹ ਮਾਰੋ ਕਿ ਉੱਥੇ ਜ਼ਰੂਰ ਕੁਛ ਨਾ ਕੁਛ ਪਿਆ ਹੋਇਆ ਜਿਹੜਾ ਬਹੁਤ ਵਡਮੁੱਲਾ ਹੈ, ਜਿਹਦਾ ਸ਼ਾਇਦ ਤੁਹਾਨੂੰ ਹੱਲੇ ਇਲਮ ਨਾ ਹੋਵੇ। ਬਿਲਕੁਲ। ਆਪਾਂ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਪਾਉਂਦੇ ਹਾਂ, ਨਵੀਂ ਗੱਡੀ ਲੈ ਲਈ, ਉਹਦੀ ਫੋਟੋ ਪਾ ਤੀ, ਖਾਣਾ ਖਾਧਾ, ਵਕੇਸ਼ਨ, ਇਹਨੂੰ ਚਾਹੇ ਤੁਸੀਂ ਫੁਕਰੀ ਮੰਨ ਲਓ, ਇਹਦੇ ਇਸ ਮਾਮਲੇ 'ਚ ਵੀ ਥੋੜ੍ਹਾ ਜਿਹਾ ਸ਼ੋਅ ਆਫ ਕਰੋ ਕਿ ਸਾਡੇ ਕੋਲ ਸਾਡੇ ਪੁਰਖਾਂ ਦੀ ਇੱਕ ਪੁਰਾਣੀ ਪੋਥੀ ਪਈ ਆ, ਉਹਨਾਂ ਦੀ ਪੁਰਾਣੀ ਕਿਰਪਾਨ ਪਈ ਆ, ਢਾਲ ਪਈ ਆ, ਜੋ ਵੀ ਜ਼ਰੂਰੀ ਚੀਜ਼ਾਂ ਨੇ। ਇਹ ਜ਼ਰੂਰੀ ਇਹ ਨਹੀਂ ਵੀ ਇੱਥੇ ਕਾਹਤੇ ਬਣ ਰਿਹਾ, ਜ਼ਰੂਰੀ ਇਹ ਹੈਗਾ ਕਿ ਇਹਨੂੰ ਦੇਖ ਕੇ ਹਰ ਘਰ 'ਚ ਬਣੇ ਔਰ ਹਰ ਸ਼ਹਿਰ 'ਚ ਬਣੇ, ਹਰ ਪਿੰਡ 'ਚ ਬਣੇ। ਤੋ ਉਹਦੇ ਨਾਲ ਜਿਹੜਾ ਇੱਕ ਦਫ਼ਾ ਆਪਣੇ ਇਤਿਹਾਸ 'ਚ ਹੋ ਗਿਆ ਕਿ ਇੱਕ ਲਾਇਬ੍ਰੇਰੀ ਆਪਾਂ ਗਵਾ ਚੁੱਕੇ ਹਾਂ, ਜੇ ਹਰ ਘਰ 'ਚ ਇੱਕ ਇੱਕ ਲਾਇਬ੍ਰੇਰੀ ਹੋਵੇ, ਮੇਰਾ ਖਿਆਲ ਫਿਰ ਆਪਾਂ ਉਹ ਨਹੀਂ ਗਵਾਵਾਂਗੇ। ਬਿਲਕੁਲ। ਜਿਹੜਾ ਮੋਰਲਾ ਇਤਿਹਾਸ ਆ ਰਿਹਾ ਜੀ, ਇਹ ਆਪਣੇ ਆਪ ਦੇ ਵਿੱਚ ਬਹੁਤ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਸਾਡੇ ਪੰਜਾਬ ਦੇ ਅੰਦਰ ਇੱਕ ਦਹਿਸ਼ਤ ਅਤੇ ਵਹਿਸ਼ਤ ਦਾ ਦੌਰ ਤੁਰਿਆ, ਜਿਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜ਼ੁਲਮ ਦੀਆਂ ਦਾਸਤਾਨ ਹੈਗੀਆਂ ਨੇ, ਅਤੇ ਉਸ ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਖਜ਼ਾਨੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਵੀ ਜਿਹੜਾ ਅੱਜ ਸਾਡੇ ਕੋਲ ਨਹੀਂ ਹੈਗਾ। ਅਤੇ ਮੈਂ ਪਿਛਲੇ ਦਿਨਾਂ ਦੇ ਅੰਦਰ ਇੱਕ ਡਾਕੂਮੈਂਟਰੀ ਕੀਤੀ ਸੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਉੱਤੇ, ਅਤੇ ਉਸ ਦੇ ਵਿੱਚ ਦਵਿੰਦਰਪਾਲ ਸਿੰਘ ਹੋਣਾ ਦਾ ਵੀ ਇਹੋ ਹੀ ਇੱਕ ਕਹਿ ਸਕਦੇ ਹਾਂ ਕਿ ਉਹਨਾਂ ਦੀ ਪ੍ਰੇਰਣਾ ਸੀ ਕਿ ਸਾਡੇ ਕੋਲ ਇੱਕ ਲਾਇਬ੍ਰੇਰੀ ਹੈ ਜਿਹੜੀ ਸੰਬੰਧਿਤ ਸਰਕਾਰਾਂ ਨੇ ਤਹਿਸ ਨਹਿਸ ਕਰ ਦਿੱਤੀ, ਅਤੇ ਕਿਤੇ ਨਾ ਕਿਤੇ ਸਾਡੇ ਕੋਲ ਇੱਕ ਅਜਿਹੀਆਂ ਨਿਸ਼ਾਨੀਆਂ ਨੂੰ ਦੁਬਾਰਾ ਸੰਭਾਲਣਾ ਬਹੁਤ ਜ਼ਰੂਰੀ ਆ, ਅਤੇ ਉਹਨੂੰ ਡਿਜੀਟਾਈਜ਼ ਰੂਪ ਦੇ ਵਿੱਚ ਕਰ ਰਹੇ ਨੇ। ਤੁਸੀਂ ਉਹਨੂੰ ਬਿਲਕੁਲ ਭੌਤਿਕ ਰੂਪ ਦੇ ਵਿੱਚ ਕਰ ਰਹੇ ਹੋ ਤਾਂ ਕਿ ਉੱਥੇ ਉਹ ਉਹਨਾਂ ਸਾਰੀਆਂ ਸ਼ੈਵਾਂ ਨੂੰ
ਲੋਕ ਆਪ ਵੇਖ ਸਕਣ। ਅਤੇ ਇਹ ਕਿੰਨਾ ਕੁ ਸੰਭਵ ਹੈਗਾ ਆ ਤੁਹਾਡੇ ਮੁਤਾਬਕ? ਇਸ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ, ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ, ਹੋਰ ਕਿਹੋ ਜਿਹਾ ਸਾਥ ਚਾਹੀਦਾ? ਅਤੇ ਇਹਦੇ ਵਿੱਚ ਹੱਦਬੰਦੀ ਕੀ ਹੈ, ਕਿਸ ਤਰ੍ਹਾਂ ਦੀਆਂ ਚੀਜ਼ਾਂ ਰੱਖਣੀਆਂ ਨੇ ਜਾਂ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਰੱਖਣੀਆਂ, ਤਾਂ ਉਹ ਕਿੱਥੋਂ ਕੁ ਤੱਕ ਜਾ ਸਕਦੀ ਹੈ ਚੀਜ਼? ਜਿਹੜੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਤੁਸੀਂ ਗੱਲ ਕੀਤੀ ਨਾ, ਉਹ ਕਾਰਜ ਉਹਨਾਂ ਦਾ ਕਾਫੀ ਵੱਡਾ ਹੈ ਜੀ। ਸੋ ਦੇਰ ਇਜ਼ ਨੋ ਕੰਪੈਰੀਜ਼ਨ। ਔਰ ਉਹਨਾਂ ਨੇ ਇੱਕ ਮਿਸਾਲ ਹੈ, ਮਤਲਬ ਇਹ ਕੋਈ ਤੁਲਨਾ ਦਾ ਮਸਲਾ ਨਹੀਂ ਹੈ, ਅਤੇ ਇੱਕ ਮਿਸਾਲ ਹੈ ਕਿ ਤੁਸੀਂ ਵੀ ਜਦੋਂ ਅਜਿਹੀ ਕੋਸ਼ਿਸ਼ ਕਰਦੇ ਹੋ, ਅਤੇ ਸੁਭਾਵਿਕ ਹੈ ਕਿ ਇਹ ਕੋਸ਼ਿਸ਼ ਵੱਖਰੀ ਵੀ ਹੈ, ਇਹ ਕੈਨੇਡਾ ਦੇ ਵਿੱਚ ਵੀ ਹੈ, ਇਸ ਕਰਕੇ ਵੀ ਮਾਇਨੇ ਰੱਖਦੀ ਹੈ ਕਿ ਪੰਜਾਬ ਦੇ ਵਿੱਚ ਇੱਥੇ ਪੰਜਾਬੀ ਰਹਿ ਰਹੇ ਨੇ, ਇੱਥੇ ਹਿੰਦੂ ਸਿੱਖ ਮੁਸਲਮਾਨ ਰਹਿ ਰਹੇ ਨੇ, ਪਰ ਇੱਥੋਂ ਬਹੁਤ ਸਾਰਾ ਪ੍ਰਵਾਸ ਕੈਨੇਡਾ ਵੱਲ ਹੋ ਗਿਆ, ਅਤੇ ਕੈਨੇਡਾ ਦੇ ਵਿੱਚ ਇੱਕ ਨਵਾਂ ਪੰਜਾਬ ਹੈ ਜਿੱਥੇ ਨਿਹਾਲ ਗਲੀ ਹੈ, ਜਿੱਥੇ ਰੋਸ਼ਨੀ ਗਲੀ ਹੈ, ਜਿੱਥੇ ਤੀਜੀ ਸਭ ਤੋਂ ਬਹੁਤੀ ਬੋਲੀ ਜਾਣ ਵਾਲੀ ਜ਼ੁਬਾਨ ਪੰਜਾਬੀ ਹੈ, ਅਤੇ ਪੰਜਾਬੀ ਜ਼ਿਆਦਾਤਰ ਸਿਆਸਤਦਾਨ ਨੇ, ਮਸ਼ਹੂਰ ਬੰਦੇ ਇੱਥੇ ਨੇ, ਪੰਜਾਬ ਆਪਣੇ ਆਪ ਦੇ ਵਿੱਚ ਇੱਕ ਦੂਸਰਾ ਪੰਜਾਬ ਉੱਥੇ ਵੀ ਵੱਸ ਰਿਹਾ। ਅਤੇ ਉਸ ਲਿਹਾਜ਼ ਤੋਂ ਦੱਸੋ ਕਿ ਤੁਹਾਨੂੰ ਜਦੋਂ ਤੁਸੀਂ ਵਣਜਾਰਾ ਅਜਾਇਬ ਘਰ ਬਣਾਉਣਾ ਚਾਹੁੰਦੇ ਹੋ, ਵੀ ਉਸ ਦੇ ਵਿੱਚ ਤੁਹਾਨੂੰ ਕੀ ਹੋਰ ਜ਼ਰੂਰਤ ਹੈ, ਜਾਂ ਕਿਸ ਤਰ੍ਹਾਂ ਦਾ ਤੁਹਾਨੂੰ ਸਾਥ ਚਾਹੀਦਾ ਆ, ਕੀ ਉਸ ਦੇ ਵਿੱਚ ਬਣਾਉਣਾ ਚਾਹੋਗੇ ਤਾਂ ਕਿ ਸਾਡੇ ਦਰਸ਼ਕ ਜਾਂ ਕੈਨੇਡਾ 'ਚ ਵਸਣ ਵਾਲੇ ਸਾਡੇ ਪੰਜਾਬੀ ਭਰਾ ਇਸ ਨੂੰ ਸਮਝ ਸਕਣ? ਜੀ ਜੀ, ਜਿਹੜਾ ਸਾਥ ਚਾਹੀਦਾ ਜੀ, ਉਹ ਜਿਹੜਾ ਬਹੁਤ ਜ਼ਰੂਰੀ ਆ, ਉਹ ਇਹ ਹੈ ਕਿ ਜਿਸ ਤਰ੍ਹਾਂ ਮੈਂ ਕੋਸ਼ਿਸ਼ ਕੀਤੀ ਜਾਂ ਦੋ ਵੀਰ ਮੇਰੇ ਨਾਲ ਜੁੜੇ ਹੋਏ ਨੇ, ਸਾਡੀ ਕੋਸ਼ਿਸ਼ ਨੂੰ ਦੇਖ ਕੇ ਹਰ ਬੰਦੇ 'ਚ ਇਹ ਸੁਭਾਅ ਪੈਦਾ ਹੋਵੇ ਕਿ ਅਸੀਂ ਕੁਛ ਸਾਂਭਣਾ। ਉਹ ਜ਼ਰੂਰੀ ਨਹੀਂ ਹੈਗਾ ਵੀ ਉਹ ਇਮਾਰਤ ਲੈਣ ਅਤੇ ਉੱਥੇ ਚੀਜ਼ਾਂ ਰੱਖਣ, ਉਹ ਆਪਣੇ ਘਰ 'ਚ ਜੇ ਉਹਨਾਂ ਕੋਲ ਪੰਜ ਕਿਤਾਬਾਂ ਨੇ ਤਾਂ ਪੰਜਾਂ ਨੂੰ ਸਾਂਭਣ, ਇਹ ਸੁਭਾਅ ਪੈਣਾ ਚਾਹੀਦਾ। ਮਿਊਜ਼ੀਅਮ ਜਦੋਂ ਬਣ ਜਾਂਦਾ ਹੈ, ਉਹਨੂੰ ਉਹੀ ਦੇਖਣ ਜਾਏਗਾ ਜਿਹੜਾ ਉਸ ਖਿੱਤੇ 'ਚ ਰਹਿ ਰਿਹਾ ਜਾਂ ਘੁੰਮਣ ਆ ਰਿਹਾ ਜਾਂ ਉਹ ਆਨਲਾਈਨ ਹੋਏਗਾ। ਪਰ ਜਿਹੜਾ ਇੱਕ ਸੁਭਾਅ ਬਣਨਾ ਜ਼ਰੂਰੀ ਹੈ ਕਿ ਆਪਾਂ ਨੂੰ ਜਿਹੜਾ ਬੀਤਿਆ ਹੋਇਆ ਉਹਨੂੰ ਸਾਂਭਣ ਦਾ, ਇਹ ਜਿਹੜੀ ਸਾਡੀ ਬੇਨਤੀ ਹੈ ਜਾਂ ਸਾਡੀ ਰਿਕੁਐਸਟ ਵੀ ਤੁਸੀਂ ਸਾਡੀ ਮਦਦ ਕਿੱਦਾਂ ਕਰ ਸਕਦੇ ਹੋ, ਵੀ ਤੁਸੀਂ ਆਪਣੇ ਆਪ 'ਚ ਇਹ ਸੁਭਾਅ ਪੈਦਾ ਕਰੋ ਕਿ ਅਸੀਂ ਆਪਣੇ ਬੀਤੇ ਨੂੰ ਸਾਂਭ ਕੇ ਰੱਖਣਾ ਹੈ। ਦੂਸਰਾ ਇੱਕ ਥੋੜ੍ਹੀ ਜਿਹੀ ਜਿਹੜੀ ਮੇਰੀ ਉਹਨੂੰ ਜਿੱਦ ਕਹਿ ਲਓ, ਉਹ ਇਹ ਹੈ, ਫਾਈਨੈਂਸ਼ਲੀ ਕਿਸੇ ਤੋਂ ਕੋਈ ਮਦਦ ਨਹੀਂ ਅਸੀਂ ਲੈਂਦੇ, ਨਾ ਹੀ ਅਸੀਂ ਲੈਣਾ ਚਾਹੁੰਦੇ ਹਾਂ ਜੀ, ਦੇਵਾਂਗੇ। ਇਸੇ ਕਰਕੇ ਜਿਹੜੀ ਵੈਬਸਾਈਟ ਬਣਾਈ ਹੈ ਉਹਦੇ ਉੱਪਰ ਡੋਨੇਟ ਬਟਨ ਹੈ ਨਹੀਂ ਗਾ ਕੋਈ ਵੀ। ਓਕੇ, ਅਸੀਂ ਚਾਹੁੰਦੇ ਹਾਂ ਵੀ ਜਿੱਦਾਂ ਅਸੀਂ ਆਪਣਾ ਡੇ ਟੂ ਡੇ ਮਿਹਨਤ ਕਰ ਰਹੇ ਹਾਂ, ਉਹ 'ਚੋਂ ਥੋੜ੍ਹੇ ਜਿਹੇ ਪੈਸੇ ਬਚਾ ਲਿਆ, ਉਹਦੀਆਂ ਚੀਜ਼ਾਂ ਖਰੀਦ ਰਹੇ ਹਾਂ, ਕੁਛ ਸਾਡੇ ਵੀਰ ਸੱਜਣ ਨੇ, ਦੋਸਤ ਨੇ, ਉਹ ਸਾਨੂੰ ਦੇ ਦਿੰਦੇ ਨੇ ਕੋਈ ਇੱਕ ਅੱਧੀ ਚੀਜ਼ ਜਿਹੜੀ ਉਹਨਾਂ ਕੋਲ ਪਈ ਹੋਈ ਹੈ, ਉਹ ਕਹਿੰਦੀ ਵੀ ਸਾਡੇ ਕੋਲ ਸਾਂਭ ਨਹੀਂ ਹੋਣੀ, ਤੁਸੀਂ ਸਾਂਭੋ ਜੀ। ਇਸ ਤਰ੍ਹਾਂ ਹੋ ਜਾਂਦਾ, ਪਰ ਅਗੇਨ ਜਿਹੜਾ ਮੋਟਿਵ ਹੈ ਉਹ ਇਹ ਹੈ ਵੀ ਜੇ ਇੰਨੀ ਦੂਰ ਬੈਠੇ ਅਸੀਂ ਕੋਈ ਚਾਰ ਚੀਜ਼ਾਂ ਸਾਂਭ ਸਕਦੇ ਹਾਂ, ਅਤੇ ਜਿੱਥੋਂ ਇਹ ਚੀਜ਼ਾਂ ਆਈਆਂ ਹੋਈਆਂ ਨੇ ਉਹ ਉੱਥੇ ਤਾਂ ਸਾਂਭਣਾ ਬਹੁਤ ਸੌਖਾ ਹੋਣਾ ਚਾਹੀਦਾ ਜੀ। ਸੋ ਇਹ ਮਨਸ਼ਾ ਮੋਟਿਵ ਇਹ ਹੈ ਕਿ ਸਾਨੂੰ ਦੇਖ ਕੇ ਇੱਕ ਇਹਨੂੰ ਕਹਿ ਲਓ ਵੀ ਇੱਕ ਚਿਣਗ ਲੱਗੇ ਇੱਦਾਂ, ਕਿ ਜਿਹੜੇ ਦੂਰ ਪਾਰ ਬੈਠੇ ਹੋਏ ਨੇ, ਸਾਡੇ ਦਿਲੋਂ ਸਾਡੇ ਨਾਲ ਜੁੜੇ ਹੋਏ ਨੇ, ਉਹ ਆਪਣੀਆਂ ਸਾਂਭਣ। ਦੈਟ ਇਜ਼ ਦ ਮੋਟਿਵ। ਜਿਹੜਾ ਇਹਦਾ ਘੇਰਾ ਹੈ ਨਾ, ਉਹਨੂੰ ਮੈਂ ਇਸ ਤਰ੍ਹਾਂ ਦੇਖਦਾ ਐਜ਼ ਇਫ ਮੈਂ 1849 'ਚ ਖੜਾ ਹੋਇਆ, ਦਲੀਪ ਸਿੰਘ ਦਾ ਰਾਜ ਖੁੱਸਿਆ ਜੀ, ਇੱਥੇ ਬੈਠਾ ਸਿੱਖ ਉਸ ਸਾਰੇ ਜਿਹੜਾ ਸਾਊਥ ਏਸ਼ੀਆ ਕਹਿ ਲਓ ਜਾਂ ਸਬ ਕੰਟੀਨੈਂਟ ਕਹਿ ਲਓ, ਉਹਨੂੰ ਕਿੱਦਾਂ ਦੇਖਦਾ ਹੈ। ਇਹ ਤੋਂ ਅੰਗਰੇਜ਼ ਫੌਜਾਂ ਉਤਰਦੀਆਂ ਨੇ ਤੇ ਕਿੱਦਾਂ ਪੰਜਾਬ 'ਚ ਉਹਨਾਂ ਦਾ ਸਫ਼ਰ ਹੁੰਦਾ, ਮਰਾਠੇ ਕਿੱਦਾਂ ਆਉਂਦੇ ਨੇ, ਇੱਧਰੋਂ ਮੁਗਲ ਕਿੱਦਾਂ ਆਉਂਦੇ ਨੇ, ਸੋ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ ਜੀ। ਹੁਣ ਜਿਹੜੀਆਂ ਕਿਤਾਬਾਂ ਨੇ ਉਹ ਜਦੋਂ ਫਿਰੰਗੀ ਕਹਿ ਲਓ ਜਾਂ ਗੋਰੇ ਕਹਿ ਲਓ ਜਦੋਂ ਕਲਕੱਤਾ 'ਚ ਉਤਰਦੇ ਨੇ, ਉੱਥੋਂ ਲੈ ਕੇ ਜਦੋਂ ਮੁਗਲ ਆਉਂਦੇ ਨੇ, ਸੋ ਹਰ ਐਂਗਲ ਨੂੰ ਦੇਖਿਆ ਜਾ ਰਿਹਾ ਹੋਰੀਜ਼ੋਂਟਲੀ ਐਂਡ ਵਰਟੀਕਲੀ ਜੀ। ਉਹਦੇ ਵਿੱਚ ਸ਼ਾਇਦ ਇਸ ਕਰਕੇ ਇਹ ਥੋੜ੍ਹਾ ਜਿਹਾ ਲਹਿਦਾ ਹੋ ਜੇ ਜਿਹੜੀ ਅਸੀਂ ਕਰ ਰਹੇ ਹਾਂ ਚੀਜ਼ਾਂ ਇਕੱਠੀਆਂ, ਕਿ ਉਹਦੇ ਵਿੱਚ ਸਿਰਫ਼ ਤੇ ਸਿਰਫ਼
ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਸਿੱਖੀ ਰਿਲੇਟਡ ਜਾਂ ਪੰਜਾਬ ਰਿਲੇਟਡ ਚੀਜ਼ਾਂ ਨੇ, ਬਿਲਕੁਲ ਅਸੀਂ ਹਰ ਚੀਜ਼ ਉਹ ਸ਼ਾਮਿਲ ਕਰ ਰਹੇ ਹਾਂ ਜਿਹਨਾਂ ਨੇ ਸਾਨੂੰ ਇਫੈਕਟ ਕੀਤਾ ਹੈ ਜੀ। ਇਹ ਵੀ ਜ਼ਰੂਰੀ ਹੈ ਜਿੱਦਾਂ ਉਹਨਾਂ ਨੇ ਸਾਨੂੰ ਸਮਝਿਆ ਸੀ, ਹਾਂਜੀ ਸਮਝਣਾ ਬਣਦਾ ਹੈ। ਬਿਲਕੁਲ ਜਿਹੜੀਆਂ ਇੱਥੇ ਸੈਂਸਸ ਦੀਆਂ ਕਿਤਾਬਾਂ ਨੇ, ਜਿਹੜੇ ਫੁੱਲਾਂ ਅਤੇ ਦਰਖਤਾਂ ਦੀਆਂ ਜਿਹੜੀਆਂ ਕਲਾਸੀਫਿਕੇਸ਼ਨ ਵਾਲੀਆਂ ਕਿਤਾਬਾਂ ਨੇ, ਮਨੁੱਖੀ ਸੁਭਾਅ ਜਿੱਦਾਂ ਉਹਨਾਂ ਨੇ ਸਾਡੇ ਬਾਰੇ ਇਕੱਲੀ ਇਕੱਲੀ ਚੀਜ਼ ਲਿਖੀ ਕਿ ਕਿੰਨੇ ਜਾਤ ਦੇ ਆਧਾਰ 'ਤੇ, ਉਮਰ ਦੇ ਆਧਾਰ 'ਤੇ, ਬਿਮਾਰੀ ਦੇ ਆਧਾਰ 'ਤੇ, ਜੀ ਉਹ ਜਦੋਂ ਅਸੀਂ ਖੋਲ੍ਹ ਕੇ ਦੇਖਦੇ ਹਾਂ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਆ, ਸਾਡੇ ਬਾਰੇ ਨਹੀਂ ਸੀ ਇੰਨਾ ਪਤਾ ਜਿੰਨਾ ਉਹਨਾਂ ਨੂੰ ਸਾਡੇ ਬਾਰੇ ਪਤਾ ਸੀ। ਜੀ ਸ਼ਾਇਦ ਸਾਨੂੰ ਸਾਡੇ ਬਾਰੇ ਨਾ ਪਤਾ ਹੋਣ ਕਰਕੇ ਜਿੱਥੇ ਅਸੀਂ ਖੜੇ ਹਾਂ ਅੱਜ, ਸ਼ਾਇਦ ਉਹ ਵੀ ਉਹਦਾ ਇੱਕ ਕਾਰਨ ਹੈ। ਜੀ ਇਹ ਸਾਨੂੰ ਸਾਡੇ ਦਾਅਵੇ ਦਾ ਪਤਾ ਹੁੰਦਾ ਫਿਰ ਸ਼ਾਇਦ ਇੱਥੇ ਨਾ ਖੜੇ ਹੁੰਦੇ। ਬਿਲਕੁਲ 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 ਨਹੀਂ ਪੰਡਾਲ ਸਾਹਿਬ, ਇਹ ਤਾਂ ਹੈ ਆ ਕਿ ਜਦੋਂ ਆਪਾਂ ਸੁਭਾਅ ਦੀ ਗੱਲ ਕਰਦੇ ਹਾਂ ਨਾ, ਸੁਭਾਅ ਤਾਂ ਇਸੇ ਤਰ੍ਹਾਂ ਬਣਦਾ ਆ, ਸੁਭਾਅ ਇਤਿਹਾਸ ਦੇ ਵਿੱਚੋਂ ਬਣਦਾ ਆ, ਸੁਭਾਅ ਦੇ ਲਈ ਕੋਈ ਰੋਸ਼ਨੀ ਸਾਡੇ ਲਈ ਇੱਕ ਮਿਸਾਲ ਦੇ ਰੂਪ ਦੇ ਵਿੱਚ ਖੜੀ ਹੁੰਦੀ ਹੈ। ਇਹੋ ਕਾਰਨ ਹੈ ਕਿ ਜਦੋਂ ਪਿਛਲੇ ਦਿਨਾਂ ਦੇ ਅੰਦਰ ਅਮਰਿੰਦਰ ਗਿੱਲ ਦੀ ਫਿਲਮ ਆਈ ਸੀ ਅਤੇ ਉਦੋਂ ਇਹ ਵੀ ਇੱਕ ਚਰਚਾ ਹੋਈ ਸੀ ਕਿ ਫਿਲਮ ਚੰਗੀ ਜਾਂ ਮਾੜੀ ਉਹ ਇੱਕ ਅਲੱਗ ਗੱਲ ਹੁੰਦੀ ਆ, ਪਰ ਉਸ ਬਹਾਨੇ ਇੱਕ ਚਰਚਾ ਇਹ ਜ਼ਰੂਰ ਅਸੀਂ ਆਪਣੇ ਮਿੱਤਰਾਂ 'ਚ ਕਰਦੇ ਸਾਂ ਵੀ ਦੇਖੋ ਇਹ ਕਿੱਡੀ ਖੂਬਸੂਰਤ ਗੱਲ ਸੀ ਕਿ ਜਦੋਂ ਪੰਜਾਬ ਤੋਂ ਬੰਦੇ ਪਹਿਲੀ ਵਾਰ ਕੈਨੇਡਾ ਆਏ ਅਤੇ ਉਹਨਾਂ ਨੇ ਇੱਥੋਂ ਦੀ ਇੱਕ ਟਿੰਬਰ ਇੰਡਸਟਰੀ ਦੇ ਵਿੱਚ ਜਾ ਕੇ ਆਪਣੀ ਸਰਦਾਰੀ ਕਾਇਮ ਕੀਤੀ ਅਤੇ ਇੱਕ ਖੂਬੀ ਸੀ ਕਿ ਜਦੋਂ ਫਿਰ ਕਲਕੱਤੇ ਦੇ ਬਜਬਜ ਘਾਟ ਦੇ ਵਿੱਚ ਵੀ ਪਹੁੰਚੇ ਅਤੇ ਉਹਨਾਂ ਨੇ ਜਹਾਜ਼ 'ਤੇ ਚੜ੍ਹਨਾ ਸੀ, ਉਹਨਾਂ ਨੇ ਵੀ ਆਪਣੇ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਇੱਕ ਥਾਂ ਨੂੰ ਲੱਭਣਾ ਸੀ, ਪਰ ਨਾਲ ਉਹਨਾਂ ਨੇ ਇਹ ਸੋਚਿਆ ਕਿ ਬਜਬਜ ਘਾਟ ਦੇ ਵਿੱਚ ਸਾਡੀਆਂ ਜ਼ਰੂਰਤਾਂ ਕੀ ਨੇ, ਅਤੇ ਉਹਨਾਂ ਨੇ ਦੇਖਿਆ ਵੀ ਜਿੱਥੇ ਸਿੱਖ ਜਿੱਥੇ ਜਾਂਦਾ ਸਭ ਤੋਂ ਪਹਿਲਾਂ ਜਾ ਕੇ ਗੁਰਦੁਆਰਾ ਬਣਾਉਂਦਾ, ਨੇੜੇ ਇਤਿਹਾਸਿਕ ਗੁਰਦੁਆਰਾ ਵੀ ਹੈਗਾ ਸੀ ਗੁਰੂ ਨਾਨਕ ਪਾਤਸ਼ਾਹ ਦਾ, ਪਰ ਉਸਦੇ ਬਾਵਜੂਦ ਇੱਕ ਬਜਬਜ ਘਾਟ ਦੇ ਨੇੜੇ ਗੁਰਦੁਆਰਾ ਬਣਾਇਆ ਤਾਂ ਕਿ ਕੋਈ ਵੀ ਆਵੇ ਰਾਹਗੀਰ ਉਹਨੂੰ ਉੱਥੇ ਰਹਿਣਾ ਅਤੇ ਉਹਦੇ ਲੰਗਰ ਦੀ ਸੁੱਖ ਸਹੂਲਤ ਉਹਨੂੰ ਰਹੇ, ਅਤੇ ਫਿਰ ਜਦੋਂ ਕੈਨੇਡਾ ਵੀ ਆਏ ਅਤੇ ਕੈਨੇਡਾ ਵੀ ਆ ਕੇ ਜਾਂ ਜਿਹੜੀ ਵੀ ਥਾਂ 'ਤੇ ਗਏ ਉਹਨਾਂ ਨੇ ਪਹਿਲਾਂ ਗੁਰਦੁਆਰਾ ਬਣਾਇਆ ਅਤੇ ਗੁਰਦੁਆਰਾ ਸਾਹਿਬ 'ਤੇ ਇਹ ਉਹੀ ਹੈ, ਇਹ ਸਾਡਾ ਸੁਭਾਅ ਆ, ਇਹ 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 ਵਿਰਾਸਤ ਹੈ, ਇਹ ਸੱਭਿਆਚਾਰ ਹੈ, ਸਿੱਖ ਸੱਭਿਆਚਾਰ ਹੈ, ਵੀ ਜਿਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਉਸ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹਮੇਸ਼ਾ ਯਾਦ ਰੱਖਣਾ, ਹਾਜ਼ਰ ਨਾਜ਼ਰ ਮੰਨਣਾ, ਉਹਦੇ ਉਹਦੀ ਹਜ਼ੂਰੀ ਦੇ ਵਿੱਚ ਰਹਿਣਾ, ਦੂਸਰਾ ਨਾਲ ਇੱਕ ਛੱਤ ਹੋਣੀ ਜਿੱਥੇ ਮਹਿਸੂਸ ਨਾ ਹੋਣਾ ਕਿ ਬੇਗਾਨੀ ਧਰਤੀ 'ਤੇ ਜਾ ਕੇ ਵੀ ਸਾਡੇ ਕੋਲ ਛੱਤ ਨਹੀਂ ਹੈਗੀ ਅਤੇ ਸਾਡੇ ਕੋਲ ਲੰਗਰ ਵੀ ਹੋਣਾ, ਅਤੇ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਵੀ ਚੀਜ਼ਾਂ ਨੂੰ ਵੇਖਣਾ ਚਾਹੀਦਾ ਆ। ਤੁਸੀਂ ਕੀ ਸੋਚਦੇ ਹੋ ਜੇ ਵਣਜਾਰਾ ਦੇ ਵਿੱਚ, ਮੈਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਵਣਜਾਰਾ ਸਿਰਫ ਇੱਕ ਅਜਾਇਬ ਘਰ ਨਹੀਂ ਹੋਏਗਾ, ਅਸੀਂ ਇਸ ਬਹਾਨੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਯਾਤਰਾ 'ਤੇ ਵੀ ਨਿਕਲਿਆ ਕਰਾਂਗੇ, ਉਹ ਯਾਤਰਾ ਦੇ ਅੰਦਰ ਅਸੀਂ ਦਰਿਆਵਾਂ ਦੇ ਕੰਢੇ ਬੈਠਾਂਗੇ, ਉਹ ਮੈਨੂੰ ਉਹ ਆਈਡੀਆ ਤੁਹਾਡਾ ਬਹੁਤ ਸੋਹਣਾ ਲੱਗਾ ਸੀ, ਉਸ ਬਾਰੇ ਦੱਸੋ ਵੀ ਉਹ ਤੁਹਾਡਾ ਆਈਡੀਆ ਕਿੰਝ ਦਾ ਆ, ਉਹਦੇ ਵਿੱਚ ਹੋਰ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਮਹਿਸੂਸ ਕਰਨਾ ਚਾਹੁੰਦੇ ਹੋ? ਜੀ ਜੀ, ਪਿਛਲੇ ਥੋੜ੍ਹੇ ਸਾਲਾਂ ਤੋਂ ਅਸੀਂ ਤਕਰੀਬਨ 350 ਜਿਹੜੇ ਸਾਡੇ ਜਾਣ ਪਛਾਣ ਵਾਲੇ ਕਹਿ ਲਓ ਜਾਂ ਦੋਸਤ ਮਿੱਤਰ ਕਹਿ ਲਓ, ਉਹਨਾਂ ਲੈ ਕੇ ਅਸੀਂ ਕੱਚੇ ਰਾਹਾਂ 'ਚ ਨਿਕਲ ਜਾਂਦੇ ਹਾਂ ਅਤੇ ਕਦੀ ਪਹਾੜ ਦੀ ਟੀਸੀ 'ਤੇ ਬਹਿ ਜਾਂਦੇ ਹਾਂ ਅਤੇ ਕਦੀ ਦਰਿਆ ਦੇ ਕੰਢੇ। ਉੱਥੇ ਜਾ ਕੇ ਜਿਹੜੀਆਂ ਗੱਲਾਂ ਹੁੰਦੀਆਂ ਨੇ, ਅਸੀਂ ਆਪਣੇ ਕਿੱਤੇ ਕਾਰੋਬਾਰਾਂ ਨੂੰ ਸਾਰਿਆਂ ਨੂੰ ਭੁੱਲ ਜਾਂਦੇ ਹਾਂ। ਉੱਥੇ ਗੱਲਾਂ ਹੁੰਦੀਆਂ ਨੇ ਆਪਣੇ ਛੋਟੇ ਪਨ ਦੀਆਂ, ਕਿ ਅਸੀਂ ਪਹਾੜ ਨੂੰ ਦੇਖਦੇ ਹਾਂ ਕਿ ਸਦੀਆਂ ਤੋਂ ਖੜਾ ਹੋਇਆ ਔਰ ਉਹਦੇ ਉਹਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਤੁੱਛ ਤੇ ਛੋਟੇ ਜਿਹੇ ਹਾਂ। ਉਹਦੇ ਤੋਂ ਬਾਅਦ ਚੋਂ ਫਿਰ ਗੱਲ ਸ਼ੁਰੂ ਹੁੰਦੀ ਹੈ ਕਿ ਸਾਡੀ ਫਲਾਈਟ ਕੀ ਆ, ਸਾਡੀ ਉਡਾਨ ਕੀ ਹੋਣੀ ਚਾਹੀਦੀ ਆ। ਜਦੋਂ ਅਸੀਂ ਉੱਪਰ ਪੰਛੀ ਉੱਡਦੇ ਨੂੰ ਦੇਖਦੇ ਹਾਂ ਨਾ, ਪਹਾੜ ਕਿੱਡਾ ਵਿਸ਼ਾਲ ਆ ਤੇ ਪੰਛੀ ਫਲੋਟਿੰਗ ਇਨ ਦਾ ਏਅਰ, ਹੈ ਨਾ। ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਇਹ ਹੁੰਦੀਆਂ ਨੇ ਕਿ ਸਾਡੀ ਜੜ੍ਹ ਕਿੱਥੇ ਸੀ, ਫਾਊਂਡੇਸ਼ਨ ਕਿੱਥੇ ਸੀ, ਅਸੀਂ ਕਿੱਥੇ ਖੜੇ ਹਾਂ, ਕਿ ਉਹਨੂੰ ਇਸ ਤਰ੍ਹਾਂ ਵੀ ਕਹਿ ਲਓ ਕਿ ਜਿਹੜਾ ਅਣਦੇਖਿਆ ਅਣਹੋਣਿਆ, ਜਾਂ ਤੁਹਾਡੀ ਜਿਹੜੀ ਆਪਣੀ ਆਪਣਾ ਇੱਕ ਤਾਂ ਬਾਹਰ ਬਾਹਰੀ ਵਜੂਦ ਇੱਕ ਅੰਦਰ ਲਾਇਆ, ਉਹਨੂੰ ਮੈਂ ਸ਼ੈਡੋ ਕਹਿੰਦਾ ਹੁੰਦਾ, ਜਿਹੜਾ ਆਪਣਾ ਪਰਛਾਵਾਂ ਆ
ਉਹਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਜਿਹੜੀਆਂ ਚੀਜ਼ਾਂ ਸਾਡੀ ਸਬਕੌਂਸ਼ੀਅਸ 'ਚ ਪਈਆਂ ਹੋਈਆਂ ਨੇ ਇਨ ਦ ਲੇਅਰਸ, ਉਹਨੂੰ ਫਰੋਲਣ ਦੀ ਕੋਸ਼ਿਸ਼ ਹੁੰਦੀ ਹੈ। ਔਰ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ, ਅਸੀਂ ਇੱਕ ਦੂਜੇ ਨਾਲ ਜੋ ਸ਼ੇਅਰ ਕਰਦੇ ਹਾਂ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਅਸੀਂ ਸੁਣ ਵੀ ਰਹੇ ਹਾਂ ਆਪਣੇ ਆਪ 'ਚ। ਬਿਲਕੁਲ, ਬਾਜ ਦਫ਼ਾ ਇਹ ਹੁੰਦਾ ਕਿ ਜੋ ਆਪਾਂ ਬੋਲ ਰਹੇ ਹਾਂ ਆਪਾਂ ਖੁਦ ਨਹੀਂ ਸੁਣ ਰਹੇ, ਆਪਾਂ ਇਹ ਦੂਸਰਾ ਬੰਦਾ ਸੁਣੇਗਾ ਇਹਨੂੰ। ਬਿਲਕੁਲ, ਇਸ ਤੋਂ ਬਾਅਦ ਚੋਂ ਇਹ ਵੀ ਪਤਾ ਲੱਗਦਾ ਕਿ ਜੋ ਅਸੀਂ ਬੋਲ ਰਹੇ ਹਾਂ ਉਹ ਹਮੇਸ਼ਾ ਸਾਰੀਆਂ ਗੱਲਾਂ ਅਸੀਂ ਸੱਚ ਨਹੀਂ ਬੋਲ ਰਹੇ। ਮੈਂ ਕਹਿ ਦੇਵਾਂ ਮੈਂ ਬਹੁਤ ਤਕੜਾ ਹਾਂ ਪਰ ਮੇਰੇ ਦਿਮਾਗ 'ਚ ਕੋਈ ਹੋਰ ਗੱਲ ਚੱਲ ਰਹੀ ਆ। ਸੋ ਉੱਥੇ ਨਾ ਜਿੱਦਾਂ ਆਪਾਂ ਕਹਿ ਲਓ ਵੀ ਬਿਨਾਂ ਕੱਪੜਿਆਂ ਤੋਂ ਹੁੰਦੇ ਹਾਂ ਉਸ ਟਾਈਮ, ਔਰ ਬਹੁਤ ਖੁੱਲ ਕੇ ਗੱਲਾਂ ਹੁੰਦੀਆਂ ਨੇ, ਪਰ ਜਿਹੜਾ ਉਹਦਾ ਇੱਕ ਟੀਚਾ ਹੈ ਕਿ ਜਿਹੜੀ ਅੱਗੇ ਸਾਨੂੰ ਨਾ ਅਨਨੋਨ 'ਚ ਜਾਣ ਦੀ ਬਹੁਤ ਆਦਤ ਸੀਗੀ ਵੀ ਦੇਖੀਏ, ਹੁਣ ਅਸੀਂ ਕਹਿੰਦੇ ਆਹ ਜੇ ਕੰਮ ਕੀਤਾ ਪਹਿਲਾਂ ਦੱਸੋ ਕਿਹਨੇ ਕੀਤਾ, ਸਾਨੂੰ ਸਕੈਜੂਲ ਦੇਵੋ, ਸਾਨੂੰ ਇਹ ਦੱਸੋ ਬਈ ਉਹਦੀ ਐਗਜੀਕਿਊਸ਼ਨ ਕਿੱਦਾਂ ਹੋਣੀ ਆ, ਕਿੰਨੇ ਵਜੇ ਜਾਣਾ ਕਿੰਨੇ ਵਜੇ। ਉੱਥੇ ਸਾਡਾ ਸਿਰਫ ਇੱਕ ਮੀਟਿੰਗ ਪੁਆਇੰਟ ਹੁੰਦਾ, ਉਹਦੇ ਤੋਂ ਬਾਅਦ ਅਸੀਂ ਵਾਪਸ ਕਦੋਂ ਆਉਣਾ ਉਹ ਤੈਅ ਨਹੀਂ ਹੁੰਦਾ। ਉਹ ਹੋ ਸਕਦਾ ਅਸੀਂ 6 ਵਜੇ ਮੁੜ ਆਈਏ ਜਾਂ 7 ਵਜੇ, ਪਰ ਜਿਹੜੀ ਗੱਲ ਹੁੰਦੀ ਆ ਉਹ ਘੁੰਮ ਘੁਮਾ ਕੇ ਅਸੀਂ ਬਹੁਤ ਘੁੰਮਦੇ ਰਹਿੰਦੇ ਹਾਂ, ਮੁੜ ਕੇ ਆ ਕੇ ਫਿਰ ਸਾਡੀ ਪੰਜਾਬ ਖੜੇ ਹੋ ਜਾਂਦੇ ਹਾਂ ਅਸੀਂ ਮੈਂਟਲੀ ਤੌਰ ਤੇ। ਹਮੇਸ਼ਾ ਹੀ ਸਾਡੇ ਨਾਲ ਏਦਾਂ ਹੋ ਰਿਹਾ। ਸੋ ਉਹ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਉਹ ਜਿਹੜਾ ਸਾਡਾ ਨਾ ਇੰਬਿਲੀਕਲ ਕੋਡ ਆ ਉਹ ਹੱਲੇ ਵੀ ਉੱਥੇ ਜੁੜੀ ਹੋਈ ਆ। ਔਰ ਜਿਹੜਾ ਪੰਜਾਬ ਜਿਹੜਾ ਪੰਜਾਬੀ ਪੰਜਾਬ 'ਚ ਰਹਿ ਰਿਹਾ ਔਰ ਇੱਕ ਪੰਜਾਬੀ ਜਿਹੜਾ ਪੰਜਾਬ ਤੋਂ ਬਾਹਰ ਰਹਿ ਰਿਹਾ, ਤੋ ਜਿਹੜਾ ਬਾਹਰ ਰਹਿ ਰਿਹਾ ਉਹ ਮਾਨਸਿਕ ਤੌਰ ਤੇ ਹੱਲੇ ਵੀ ਉੱਥੇ ਹੀ ਆ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਵੈਸੇ, ਪਰ ਫਿਰ ਵੀ ਕਈ ਵਾਰੀ ਏਦਾਂ ਮਹਿਸੂਸ ਹੁੰਦਾ ਕਿ ਜਿਹੜਾ ਪੰਜਾਬੀ ਪੰਜਾਬ 'ਚ ਰਹਿ ਰਿਹਾ ਉਹ ਮਾਨਸਿਕ ਤੌਰ ਤੇ ਟੁੱਟਿਆ ਹੋਇਆ, ਉਹ ਸ਼ਾਇਦ ਬਾਲੀਵੁੱਡ ਜਾਂ ਹਾਲੀਵੁੱਡ ਨਾਲ ਜੁੜਿਆ ਹੋਇਆ। ਇਹ ਫਰਕ ਦੇਖਦੇ ਹਾਂ ਅਸੀਂ ਥੋੜਾ ਜਿਹਾ ਨਾ। ਨਹੀਂ, ਇਹ ਸੁਭਾਵਿਕ ਵੀ ਆ, ਜਿਸ ਤਰ੍ਹਾਂ ਵੀ ਐੱਸ ਨਾਇਪਾਲ ਤ੍ਰਿਨਾਡ ਟੈਬਾਕੋ ਦੇ ਵਿੱਚ ਉੱਧਰ ਰਹੇ ਅਤੇ ਉਹ ਕਹਿੰਦੇ ਵੀ ਅਸੀਂ ਜੇ ਇੱਥੋਂ ਗਏ ਸਾਂ ਤਾਂ ਸਾਡੀ ਇੱਕ ਕਨੈਕਟੀਵਿਟੀ ਹਮੇਸ਼ਾ ਜ਼ਿਆਦਾ ਰਹੀ ਅਤੇ ਸਾਡਾ ਇੱਕ ਆਪਣੀ ਅੰਦਰ ਦੀ ਜਦੋਜਹਿਦ ਵੀ ਸੀ ਵੀ ਅਸੀਂ ਉਸ ਮਿੱਟੀ ਤੋਂ ਆਏ ਹਾਂ ਅਤੇ ਉਸ ਮਿੱਟੀ ਦੇ ਲਈ ਅਸੀਂ ਹਮੇਸ਼ਾ ਕਰਦੇ ਰਹੇ, ਭਾਵੇਂ ਅਸੀਂ ਦੂਸਰੀ ਜਗ੍ਹਾ ਰਹਿ ਕੇ ਉੱਥੋਂ ਦੇ ਸਿਟੀਜ਼ਨ ਹੀ ਕਿਉਂ ਨਾ ਬਣ ਗਏ ਹੋਈਏ। ਅਤੇ ਉਹ ਕਹਿੰਦੇ ਵੀ ਜਦੋਂ ਫਿਰ ਮੈਂ ਇੱਥੇ ਆਇਆ ਇੰਡੀਆ ਦੇ ਵਿੱਚ ਅਤੇ ਇੱਥੇ ਆ ਕੇ ਜਦੋਂ ਮੈਂ ਦੇਖਿਆ ਅਤੇ ਮੈਨੂੰ ਐਂ ਲੱਗਾ ਵੀ ਜੋ ਅਸੀਂ ਸੋਚਦੇ ਹਾਂ ਉਸ ਤੋਂ ਤਾਂ ਬਹੁਤ ਵੱਖਰਾ ਸੀ ਅਸਲ ਦੇ ਵਿੱਚ। ਅਤੇ ਜਾਂ ਜਿਵੇਂ ਇਹ ਸਾਡਾ ਅੰਦਰਲਾ ਇੱਕ ਦੁਆੰਦ ਜਾਂ ਸਾਡੀ ਇੱਕ ਖੋਜ ਤਾਂ ਹੈ ਹੀ ਆ, ਜਿਵੇਂ ਦੀ ਨੇਮ ਸਿੱਖ ਦੇ ਅੰਦਰ ਜੁੰਪਾ ਲਹਿਰੀ ਉਹ ਆਪਣੇ ਕਲਕੱਤਾ ਕਨੈਕਸ਼ਨ ਨੂੰ ਉਸੇ ਤਰ੍ਹਾਂ ਵੇਖਦੀ ਆ, ਜਾਂ ਬੰਦਾ ਹਮੇਸ਼ਾ ਹੀ ਬਾਹਰ ਰਹਿ ਕੇ ਆਪਣੇ ਪਿਛੋਕੜ ਨੂੰ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਅਹਿਮੀਅਤ ਦਿੰਦਾ ਆ ਜਾਂ ਉਹਦਾ ਪ੍ਰੇਰਨਾ ਸਰੋਤ ਹੋ ਜਾਂਦਾ ਆ। ਜੀ ਜੀ, ਅਤੇ ਇਸੇ ਕਰਕੇ ਉਹ ਜਿਵੇਂ ਚੀਨ ਦੀ ਵੀ ਇੱਕ ਕਹਾਵਤ ਹੈ ਕਿ ਘੁੰਮਿਆ ਬੰਦਾ ਜਿਹੜਾ ਹੁੰਦਾ ਉਹ ਘਰ ਦੇ ਹਮੇਸ਼ਾ ਨੇੜੇ ਰਹਿੰਦਾ ਆ। ਜੀ ਜੀ ਜੀ, ਅਤੇ ਸ਼ਾਇਦ ਪੰਜਾਬੀਆਂ ਦੇ ਸੁਭਾਅ ਦੇ ਅੰਦਰ ਵੀ ਜਿਹੜਾ ਇਹ ਚੱਕਰ ਹੈ ਪ੍ਰਵਾਸ ਹੈ, ਅਤੇ ਉਹ ਚਾਹੇ ਕੋਈ ਨਾ ਵੀ ਗਿਆ ਹੋਵੇ ਚਾਹੇ ਚਲੇ ਵੀ ਗਿਆ ਹੋਵੇ, ਮੈਨੂੰ ਲੱਗਦਾ ਕਿ ਉਹ ਸਾਡੇ ਸੁਭਾਅ ਦਾ ਇੱਕ ਖਾਸ ਹਿੱਸਾ ਰਹਿ ਗਿਆ ਜਿਸ ਤੋਂ ਅਸੀਂ ਵੱਖ ਤੇ ਨਹੀਂ ਹੋ ਸਕਦੇ। ਜੀ 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 ਜੀ, ਮੈਂ ਇਸ ਤਰ੍ਹਾਂ ਵੀ ਦੇਖਦਾ ਕਿ ਜਿਹੜਾ ਪੰਜਾਬੀ ਹੈ ਉਹ 5 ਦਰਿਆਵਾਂ ਵਾਲਾ ਹੈ। ਬਿਲਕੁਲ, ਤੇ ਜਿਹੜਾ ਸਿੱਖ ਹੈ ਉਹ ਲੱਖ ਅਗਾਸ ਅਗਾਸਾਂ ਵਾਲਾ ਹੈ। ਸੋ ਬਹੁਤ ਖੂਬ, ਅਡਾਂ 'ਚ ਫਰਕ ਹੈ ਥੋੜ੍ਹਾ ਜਿਹਾ ਨਾ। ਜੀ, ਕੰਪੈਰੀਜ਼ਨ ਨਹੀਂ ਮੈਂ ਕਰ ਰਿਹਾ ਵੈਸੇ। ਸੋ ਅਸੀਂ ਜਦੋਂ ਪਹਾੜ ਤੇ ਬਹਿ ਕੇ ਦੇਖਦੇ ਹਾਂ ਤੇ ਜਦੋਂ ਤੁਸੀਂ ਸਾਰੀ ਗੈਲੈਕਸੀ ਨੂੰ ਆਪਣੇ ਜ਼ਹਿਨ 'ਚ ਲਿਆ ਕੇ ਦੇਖਦੇ ਹੋ, ਹਰ ਥਾਨ ਸੁਹਾਵਾ ਰਾਮ ਰਾਜੇ, ਹੈ ਨਾ। ਸੋ ਉਹ ਜਦੋਂ ਅਸੀਂ ਸਰਬਤ ਦਾ ਭਲਾ ਵੀ ਮੰਗਦੇ ਹਾਂ, ਉਹ ਸਰਬਤ ਦੇ ਭਲੇ ਵਿੱਚ ਇਕੱਲਾ ਇਨਸਾਨ ਨਹੀਂ ਆਉਂਦਾ। ਬਿਲਕੁਲ, ਉਹਦੇ 'ਚ ਹਵਾ ਵੀ ਆਉਂਦੀ ਹੈ, ਉਹਦੇ 'ਚ ਪਾਣੀ ਵੀ ਆਉਂਦਾ, ਉਹਦੇ 'ਚ ਬਨਸਪਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਜੀ ਜੀ, ਫਲਾਈਟ ਦਾ ਥੋੜ੍ਹਾ ਜਿਹਾ ਫਰਕ ਹੈ ਮੇਰੇ ਖਿਆਲ। ਬਿਲਕੁਲ, ਨਹੀਂ ਇਹ ਬਹੁਤ ਸੋਹਣੀ ਗੱਲ ਹੈ। ਪਿਛਲੇ ਦਿਨਾਂ ਦੇ ਅੰਦਰ ਮੈਂ ਕਮਲਜੀਤ ਸਿੰਘ ਹੇਅਰ ਹੁਣਾਂ ਦੇ ਫਾਰਮ ਹਾਊਸ ਦੇ ਵਿੱਚ ਸਾਂ ਅਤੇ ਉਹਨਾਂ ਨੇ ਵੀ ਬੜੀ ਸੋਹਣੀ ਗੱਲ ਕੀਤੀ ਕਿ ਇਹ ਸਮਝਣਾ ਜ਼ਰੂਰੀ ਆ ਕਿ ਜੰਗਲ ਕੁਦਰਤ ਆ,
ਤੇ ਜਿਹੜੀ ਖੇਤੀ ਆ ਉਹ ਗੈਰ ਕੁਦਰਤ ਆ, ਉਹ ਸਾਡੀ ਇਜਾਦ ਕੀਤੀ ਹੋਈ ਆ। ਪਰ ਸਾਡੇ ਬਜ਼ੁਰਗਾਂ ਨੇ ਜੋ ਜਿਹੜੀ ਖੇਤੀ ਇਜਾਦ ਕੀਤੀ ਸੀ ਉਹ ਹੁਣ ਦੀ ਖੇਤੀ ਨਾਲੋਂ ਬਹੁਤ ਵੱਖਰੀ ਸੀ ਅਤੇ ਉਹ ਕੁਦਰਤ ਦੇ ਨੇੜੇ ਸੀ। ਯਾਨੀ ਕੁਦਰਤ ਵਰਗੀ ਇੱਕ ਜਗ੍ਹਾ ਨੂੰ ਬਣਾਉਣਾ ਉਹ ਖੇਤੀ ਆ, ਅਤੇ ਉਸ ਦੇ ਲਈ ਉਹਨਾਂ ਨੇ ਇਹੋ ਸਮਝਿਆ, ਉਹਨਾਂ ਨੇ ਉਸ ਚੱਕਰ ਨੂੰ ਸਮਝਿਆ ਕਿ ਚੱਕਰ ਕੀ ਹੈ ਕਿ ਇੱਕ ਬਨਸਪਤੀ ਹੈ, ਇੱਕ ਤਾਂ ਬਨਸਪਤੀ ਹੈ ਜਿਹੜੀ ਥੋੜ੍ਹੇ ਥੋੜ੍ਹੇ ਸਮੇਂ ਲਈ ਪੈਦਾ ਹੁੰਦੀ ਹੈ, ਉੱਗਦੀ ਹੈ, ਫਿਰ ਖਤਮ ਹੁੰਦੀ ਹੈ। ਇੱਕ ਹੈ ਜੰਗਲ ਦਰਖਤ ਜਿਹੜੇ ਬਹੁਤ ਸਮੇਂ ਤੱਕ ਰਹਿੰਦੇ ਨੇ, ਫਲ ਦਿੰਦੇ ਰਹਿੰਦੇ ਨੇ, ਪਰ ਉਹ ਹਮੇਸ਼ਾ ਰਹਿੰਦੇ ਨੇ। ਅਤੇ ਉਹਨਾਂ ਦੇ ਵਿੱਚ ਇੱਕ ਮਿੱਟੀ ਦੇ ਵਿੱਚ ਜਿਹੜੇ ਸਾਨੂੰ ਜੀਵ ਦਿਖ ਨਹੀਂ ਰਹੇ, ਇੱਕ ਸਾਨੂੰ ਸਾਫ਼ ਸਫਾਫ਼ ਦਿਖ ਰਹੇ ਨੇ ਅਤੇ ਇੱਕ ਅੰਬਰਾਂ ਦੇ ਵਿੱਚ ਉੱਡਦੇ ਹੋਏ ਪੰਛੀ ਨੇ। ਅਤੇ ਇਸੇ ਦੇ ਦੁਆਲੇ ਜਦੋਂ ਪਿੰਡ ਬਣਾਏ ਅਤੇ ਪਿੰਡ ਦਾ ਪੂਰਾ ਟੋਪੋਗ੍ਰਾਫੀ ਸਾਡੇ ਬਜ਼ੁਰਗਾਂ ਨੇ ਉਸੇ ਢੰਗ ਦੀ ਬਣਾਈ। ਉਹਨਾਂ ਨੇ ਇਹੋ ਜਿਹੇ ਜਾਨਵਰ ਆਪਣੇ ਕੋਲ ਰੱਖੇ ਜਿਨ੍ਹਾਂ ਤੋਂ ਲਾਹਾ ਵੀ ਲੈਂਦੇ ਸੀ, ਉਹਨਾਂ ਦੀ ਵਰਤੋਂ ਵੀ ਕਰਦੇ ਸੀ, ਪਰ ਨਾਲ ਉਹਨਾਂ ਨੂੰ ਇਸ ਢੰਗ ਨਾਲ ਬਣਾਇਆ ਸੀ ਕਿ ਉਹਨਾਂ ਦਾ ਜੋ ਅਖੀਰ ਮਿੱਟੀ ਨੂੰ ਹੀ ਜਾਵੇ। ਜੀ ਜੀ। ਅਤੇ ਹੁਣ ਜਦੋਂ ਅਸੀਂ ਕੁਦਰਤੀ ਖੇਤੀ ਕਰਦੇ ਹਾਂ ਤਾਂ ਉਹਦੇ ਵਿੱਚ ਸਾਡੇ ਉਹ ਪਿੰਡਾਂ ਦੀ ਬਣਤਰ ਖਤਮ ਹੋ ਗਈ, ਉਸਦੇ ਵਿੱਚ ਛੱਪੜ ਨਹੀਂ ਰਹੇ, ਝਿੜੀਆਂ ਨਹੀਂ ਰਹੀਆਂ। ਯਾਨੀ ਕਿ ਅਸੀਂ ਕੁਦਰਤੀ ਖੇਤੀ ਕਰਨ ਲੱਗਿਆਂ ਵੀ ਆਪਣੀ ਉਸ ਬਣਤਰ ਨੂੰ ਵਿਗਾੜਤਾ ਆ। ਅਤੇ ਕਿਤੇ ਨਾ ਕਿਤੇ ਇਹ ਵੀ ਸਮਝਣ ਵਾਲੀ ਗੱਲ ਆ ਵੀ ਇਹ ਸਾਡੇ ਜਿਹੜਾ ਸਾਡੇ ਵਜੂਦ ਦਾ ਹਿੱਸਾ ਹੁੰਦਾ ਨਾ, ਅਸੀਂ ਕਈ ਵਾਰ ਇੱਕ ਚੀਜ਼ ਫੜ ਲੈਂਦੇ ਹਾਂ ਪਰ ਉਹਦੀ ਇੱਕ ਬੁਨਿਆਦੀ ਸਟਰਕਚਰ ਹੋਰ ਤਰ੍ਹਾਂ ਹੁੰਦੀ ਆ, ਅਸੀਂ ਉਹਨੂੰ ਕਿਤੋਂ ਗਵਾ ਦਿੰਦੇ ਹਾਂ। ਜੀ ਜੀ ਜੀ। ਜਦੋਂ ਆਪਾਂ ਕਹਿੰਦੇ ਨੇ ਅਸੀਂ ਕੁਦਰਤ ਨੂੰ ਦੇਖ ਰਹੇ ਹਾਂ ਜੀ, ਸ਼ਾਇਦ ਇਹ ਵੀ ਸੋਚਣਾ ਬਣਦਾ ਹੁੰਦਾ ਵੀ ਅਸੀਂ ਵੀ ਕੁਦਰਤ ਦੇ ਵਿੱਚੋਂ ਹੀ ਆ, ਬਿਲਕੁਲ ਦੇਖ ਰਹੇ ਹਾਂ। ਥੋੜੀ ਜੀ ਈਗੋਇਸ ਜੀ ਥੋਟ ਹੁੰਦੀ ਆ ਵੀ ਆਈ ਐਮ ਲੁਕਿੰਗ ਐਟ ਦ ਨੇਚਰ, ਆਪਾਂ ਉਹਦੇ ਵਿੱਚੋਂ ਆ। ਦੂਸਰਾ ਹੁਣ ਕਈ ਦਫ਼ਾ ਮੈਂ ਸੋਚਦਾ ਕਿ ਜਿਹਨੂੰ ਆਪਾਂ ਗ੍ਰੀਨ ਰੈਵੋਲਿਊਸ਼ਨ ਕਹਿੰਦੇ ਹਾਂ, ਉਹਨੇ ਸ਼ਾਇਦ ਪੈਸੇ ਵੱਲੋਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਠੋਸ ਕਰ ਦਿੱਤਾ, ਪਰ ਜਿਹੜੀ ਖੇਤੀ ਦੀ ਤੁਸੀਂ ਗੱਲ ਕੀਤੀ ਆ ਜਾਂ ਜਿਹੜੇ ਆਪਣੇ ਸੱਥਾਂ ਦੀ ਸੀਗੀ, ਛੱਪੜਾਂ ਦੀ ਗੱਲ ਵਹੀਆਂ ਹੋ ਗਈਆਂ ਆਪਣੀਆਂ, ਉਹ ਸਾਰਾ ਉਹ ਤਹਿਸ ਨਹਿਸ ਹੋ ਗਿਆ ਸਾਰਾ ਸਿਸਟਮ। ਬਿਲਕੁਲ। ਉਹ ਜਿਹੜੀ ਗ੍ਰੀਨ ਰੈਵੋਲਿਊਸ਼ਨ ਨੂੰ ਅੱਜ ਦੀ ਤਰੀਕ 'ਚ ਮੈਂ ਉਹਨੂੰ ਬੜਾ ਵਧੀਆ ਤੌਰ 'ਤੇ ਨਹੀਂ ਦੇਖ ਰਿਹਾ ਕਿ ਉਹਨੇ ਜਿਹੜਾ ਸਾਡਾ ਖਾਸ ਕਰ ਪਿੰਡਾਂ ਦਾ ਮਾਹੌਲ ਸੀਗਾ ਉਹ ਸਾਰਾ ਤਹਿਸ ਨਹਿਸ ਕਰਕੇ ਰੱਖ ਦਿੱਤਾ ਜੀ। ਜੀ। ਉਹ ਜਿਹੜੀ ਖੇਤੀ ਆ ਸਾਰੀ ਮਸਨੂਈ ਹੋ ਗਈ ਹੁਣ, ਬਸ ਇਹ ਹੋ ਗਿਆ ਬਈ ਜਦੋਂ ਜਦੋਂ ਇੱਕ ਸਮਾਂ ਸੀ ਜਦੋਂ ਸੱਚੀ ਜਿਹੜੀ ਆਪਣੀ ਧਰਤ ਹੁੰਦੀ ਸੀ ਸੱਚੀ ਆਪਾਂ ਮਾਂ ਹੁੰਦੀ ਸੀ ਉਹ, ਔਰ ਉਹਨੂੰ ਕੋਈ ਵੇਚਦਾ ਨਹੀਂ ਸੀ ਹੁੰਦਾ, ਇਹ ਮਿਹਣਾ ਹੁੰਦਾ ਸੀਗਾ। ਬਿਲਕੁਲ। ਹੁਣ ਦੇ ਮਾਹੌਲ ਏਦਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਂ ਬਦਲ ਗਿਆ, ਪਰ ਆਪਾਂ ਬੰਦੇ ਤਾਂ ਉਹੀ ਹਾਂ ਜੀ। ਨਹੀਂ, ਇਹ ਬੜੀ ਸੋਹਣੀ ਗੱਲ ਹੈ। ਉਹਨਾਂ ਦੀ ਇੱਕ ਹੋਰ ਮੇਰੇ ਯਾਦ ਆ ਗਈ, ਉਹ ਕਹਿੰਦੇ ਵੀ ਇਹ ਸਮਝਣਾ ਪਏਗਾ ਕਿ ਖੇਤੀ ਬਿਜ਼ਨਸ ਨਹੀਂ ਹੈ। ਹਾਂਜੀ। ਖੇਤੀ ਆਪਣੇ ਆਪ 'ਚ ਇੱਕ ਸੱਭਿਅਤਾ ਆ, ਇਹ ਸਾਡੀ ਜੀਵਨ ਜਾਂਚ ਹੈ। ਜੇ ਅਸੀਂ ਐਂ ਸੋਚ ਕੇ ਇਸ ਦੇ ਵਿੱਚ ਰਹਾਂਗੇ, ਇਹਨੂੰ ਕਰਾਂਗੇ, ਤਾਂ ਫਿਰ ਅਸੀਂ ਕਦੀ ਭੁੱਖੇ ਵੀ ਨਹੀਂ ਮਰਾਂਗੇ ਅਤੇ ਅਸੀਂ ਕਦੀ ਕਰਜ਼ਾਈ ਵੀ ਨਹੀਂ ਹੋਵਾਂਗੇ, ਅਤੇ ਮੈਨੂੰ ਲੱਗਦਾ ਅਸੀਂ ਆਪਣਾ ਆਪ ਸੰਭਾਲ ਸਕਦੇ ਹਾਂ। ਬਿਲਕੁਲ ਬਿਲਕੁਲ। ਅਤੇ ਇਹ ਵੀ ਉਹੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਜਾਂਦੇ ਆ ਉੱਥੇ ਖੇਤੀ ਕਰਦੇ ਆ, ਜਾਂ ਜੋ ਉਹਨਾਂ ਨੇ ਸਾਨੂੰ ਦਿੱਤਾ ਜਿਹੜੀ ਸਾਡੀ ਜਾਂਚ ਸੀ, ਚਾਹੇ ਉਹ ਸੰਗਤ ਪੰਗਤ, ਮਤਲਬ ਉਸੇ ਦੇ ਵਿੱਚ ਹੀ ਸਾਡਾ ਇੱਕ ਨਾਮ ਸਿਮਰਨ ਵੀ ਹੈ, ਉਸ ਦੇ ਵਿੱਚ ਇੱਕ ਕਿਰਤ ਹੈ, ਉਸ ਦੇ ਵਿੱਚ ਇੱਕ ਬ੍ਰਦਰਹੁੱਡ ਫੀਲਿੰਗ ਭਾਵਨਾ ਹੈਗੀ ਹੈ ਵੰਡ ਛਕਣ ਦੀ, ਕਿਰਸਾਨੀ ਕਿਰਸਾਨ ਕਰੇ। ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਤੇ ਬਾਬਰ ਜੀ, ਬਾਬਰ ਨੇ ਕਿੰਨੀ ਦੌਲਤ ਇਕੱਠੀ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ ਵੀ ਦੌਲਤ ਕੀਤੀ ਇਕੱਠੀ ਜਿਹੜੀ ਹੁਣ ਤੱਕ ਚੱਲ ਰਹੀ ਹੈ, ਪਰ ਜਿਹੜੀ ਬਾਬਰ ਇਕੱਠੀ ਕੀਤੀ ਉਹਦਾ ਕੋਈ ਖੁਰਾ ਖੋਜ ਨਹੀਂ ਹੈ ਵੀ ਉਹ ਕਿੱਥੇ ਰੱਖੀ ਹੋਈ ਹੈ। ਦੁਨੀਆਂ ਦੇ ਕਿਸੇ ਹਿੱਸੇ ਚਲ ਜਾਓ, ਉਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਖਜ਼ਾਨਾ ਸੀਗਾ ਉਹ ਲੰਗਰ ਦੀ ਸ਼ਕਲ 'ਚ ਜਾਂ ਕਿਸੇ ਹੋਰ ਮਦਦ ਦੀ ਸ਼ਕਲ 'ਚ ਹਲੇ ਵੀ ਤੁਹਾਨੂੰ ਹਰ ਜਗ੍ਹਾ ਦਿਖ ਰਿਹਾ, ਔਰ ਸਦੀਆਂ ਤੋਂ ਇੱਦਾਂ ਹੀ ਚੱਲ ਰਿਹਾ ਜੀ। ਆਪਾਂ ਜੇ 20-25 ਜਾਣੇ ਘਰੇ ਸੱਦਣੇ ਹੋਣ ਨਾ ਤੇ ਆਪਾਂ ਨੂੰ ਵਕਤ ਪੈ ਜਾਂਦਾ ਵੀ ਅੱਜ ਕੀ ਬਣਾਉਣਾ ਕੀ ਖਾਣਾ, ਔਰ ਆਪਣੇ ਦੇਖ ਲਓ ਚਾਹੇ ਹਰਿਮੰਦਰ ਸਾਹਿਬ ਦੀ ਗੱਲ ਕਰ ਲਓ ਜਾਂ ਇਤਿਹਾਸਿਕ ਗੁਰਦੁਆਰੇ ਦੀ ਕਰ ਲਓ ਜਾਂ ਜਿਹੜੇ ਇਤਿਹਾਸਿਕ ਨਹੀਂ ਵੀ ਹੈਗੇ,
ਜਿਹੜਾ ਤੁਹਾਡਾ ਲੰਗਰ ਚੱਲ ਰਿਹਾ ਇਹ ਇਹ ਕੋਈ ਇਹ ਕੋਈ ਦਰਗਾਹੀ ਸਕੈਜੂਲ ਆ ਜਿਹਦੇ ਜਿਹਦੇ ਹੇਠਾਂ ਚੱਲ ਰਿਹਾ ਇਹ ਔਰ ਪਤਾ ਕਿੱਥੋਂ ਆ ਰਹੀ ਆ ਕੌਣ ਬਣਾ ਰਿਹਾ ਔਰ ਈਵਨ ਕੌਣ ਖਾ ਰਿਹਾ ਉਹਨੂੰ ਗੋਰਾ ਕਾਲਾ ਸਾਡੇ ਇੱਥੋਂ ਦੇ ਹਿਸਾਬ ਨਾਲ ਚੀਨਾ ਕੋਈ ਜਾ ਕੇ ਖਾਵੇ ਕਿਸੇ ਨੂੰ ਕੋਈ ਨਾ ਹੈ ਨੀ ਕਿਸੇ ਨੂੰ ਕੋਈ ਇੱਦਾਂ ਹੈ ਨੀ ਵੀ ਤੈਨੂੰ ਥੋੜਾ ਦੇਣਾ ਤੈਨੂੰ ਵੱਧ ਦੇਣਾ ਸੋ ਜਿਹੜੀ ਦੌਲਤ ਆਪਾਂ ਇਕੱਠੀ ਕਰਦੇ ਹਾਂ ਉਹ ਕਈ ਵਾਰੀ ਆਪਾਂ ਨੂੰ ਥੋੜਾ ਜਿਹਾ ਰੁਕ ਕੇ ਸੋਚਣਾ ਪੈਣਾ ਵੀ ਜਿਹੜੀ ਦੌਲਤ ਆ ਉਹ ਉਹ ਕਿਹੜੀ ਦੌਲਤ ਨੂੰ ਆਪਾਂ ਦੌਲਤ ਕਹਿ ਰਹੇ ਹਾਂ ਮੇਰਾ ਖਿਆਲ ਜਿੱਦਾਂ ਜਿੱਦਾਂ ਆਪਣੀ ਉਮਰ ਵੱਧਦੀ ਆ ਜਾਂ ਜਿੱਦਾਂ ਜਿੱਦਾਂ ਮਿਹਰ ਹੁੰਦੀ ਆਪਾਂ ਨੂੰ ਸ਼ਾਇਦ ਇਹਨਾਂ ਗੱਲਾਂ ਵੱਲ ਆਪਣੀ ਤਵੱਜੋ ਜ਼ਿਆਦਾ ਹੋ ਜਾਂਦੀ ਆ ਫਿਰ ਬਿਲਕੁਲ ਇੱਕ ਗੱਲ ਹੈ ਕਿ ਜੇ ਪਹਾੜ ਵਿੱਚ ਲੈਸੇ 5 ਕਿਲੋ ਸੋਨਾ ਪਿਆ ਤੇ ਮੈਂ ਆਪਣੇ ਘਰ ਲਿਆਂਦਾ ਤੇ ਮੈਨੂੰ ਇਹ ਲੱਗਦਾ ਕਿ ਉਹ ਮੇਰਾ ਹੋ ਗਿਆ ਹੁਣ ਜੀ ਸੋ ਡਿਪੈਂਡ ਕਰਦਾ ਕਿ ਆਪਾਂ ਦੌਲਤ ਕਿਹਨੂੰ ਕਹਿ ਰਹੇ ਹਾਂ ਇਸ ਟਾਈਮ ਜੀ ਅਗੇਨ ਜਿਹੜੀ ਆਪਣੀ ਦੂਜੀ ਜਾਂ ਤੀਜੀ ਪੀੜ੍ਹੀ ਨੇ ਆਉਣਾ ਹਾਂਜੀ ਉਹ ਆਪਣੇ ਬਾਰੇ ਕੀ ਗੱਲ ਕਰੂਗੇ ਕਿਉਂਕਿ ਜਿਹੜੇ ਤੋਂ ਆਪਾਂ ਤੋਂ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਲੰਘੀ ਪਹਿਲਾਂ ਗਈਆਂ ਹੋਈਆਂ ਨੇ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਕਦੀ ਕਾਬੁਲ ਦੀ ਗੱਲ ਕਰਦੇ ਹਾਂ ਕਦੀ ਕੈਕਸਟਨ ਹਾਲ ਆਪਾਂ ਲੰਡਨ ਦੀ ਗੱਲ ਕਰਦੇ ਹਾਂ ਬਿਲਕੁਲ ਜਾਂ ਮੇਵਾ ਸਿੰਘ ਦੀ ਗੱਲ ਕਰਦੇ ਹਾਂ ਇੱਥੇ ਸੋ ਉਹ ਕਮਾਈਆਂ ਕੀ ਨੇ ਜਿਹੜੀਆਂ ਅਸਲ ਕਮਾਈਆਂ ਨੇ ਬਿਲਕੁਲ ਬਿਲਕੁਲ ਇੱਥੇ ਤਾਂ ਆਪਾਂ ਨੂੰ ਰੁਕ ਕੇ ਸੋਚਣਾ ਹੀ ਪੈਣਾ ਉਹ ਨਾ ਬਿਲਕੁਲ ਬਿਲਕੁਲ ਜੀ ਪਰ ਮੈਨੂੰ ਤੁਹਾਡਾ ਆਈਡੀਆ ਬਹੁਤ ਵਧੀਆ ਲੱਗਦਾ ਹੈ ਵੀ ਜਿਹਦੇ ਅੰਦਰ ਕੀ ਹੈ ਵੀ ਹੁਣ ਤੱਕ ਅਜਾਇਬ ਘਰ ਹੁੰਦੇ ਨੇ ਤੁਸੀਂ ਵਣਜਾਰਾ ਅਜਾਇਬ ਘਰ ਤਾਂ ਬਣਾ ਰਹੇ ਹੋ ਪਰ ਉਸਦੇ ਨਾਲ ਇੱਕ ਅਜਿਹੇ ਅਭਿਆਸ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ ਜਿਸ ਦੇ ਵਿੱਚ ਅਸੀਂ ਆਪਣੇ ਵਜੂਦ ਨੂੰ ਪਛਾਣੀਏ ਰੰਗ ਦਈਏ ਉਸ ਨੂੰ ਅਸੀਂ ਸਿਰਜ ਸਕੀਏ ਉਸਦੇ ਵਿੱਚ ਜੋ ਸਾਡੇ ਇੱਕ ਗੁਣ ਨੇ ਜਿਹੜੇ ਸਾਨੂੰ ਸਾਡੇ ਅਤੀਤ ਦੇ ਉਸ ਖਜ਼ਾਨੇ ਤੋਂ ਸਾਡੀ ਜੜ੍ਹਾਂ ਤੋਂ ਮਿਲ ਰਹੇ ਨੇ ਉਹਨਾਂ ਦੀ ਇੱਕ ਨਵੀਂ ਪਛਾਣ ਭਵਿੱਖ ਤੱਕ ਜਾਵੇ ਅਤੇ ਪਰ ਇੱਕ ਥੋੜ੍ਹਾ ਜਿਹਾ ਮੈਂ ਉਦਾਹਰਣ ਦੇ ਕੇ ਦੱਸੂੰਗਾ ਵੀ ਪਰ ਇਸ ਦੌਰ ਦੇ ਅੰਦਰ ਨਾਲੋਂ ਨਾਲ ਇੱਕ ਇਹੋ ਜਿਹਾ ਖਲਾਅ ਆ ਕਿ ਬਹੁਤ ਸਾਰੀਆਂ ਗੱਲਾਂ ਐਵੇਂ ਬਹਿਸ ਦੇ ਵਿੱਚ ਚਲੇ ਜਾਂਦੀਆਂ ਨੇ ਪਤਾ ਨਹੀਂ ਲੱਗਦਾ ਆਊਟਡੇਟਡ ਵੀ ਐਲਾਨ ਦਿੱਤੇ ਜਾਂਦੇ ਹਾਂ ਅਤੇ ਆਊਟਸਾਈਡਰ ਵੀ ਐਲਾਨ ਦਿੱਤੇ ਜਾਂਦੇ ਹਾਂ ਦੋ ਗੱਲਾਂ ਬਹੁਤ ਚੱਲਦੀਆਂ ਉਦਾਹਰਣ ਦੇ ਤੌਰ 'ਤੇ ਕੋਈ ਜਿਵੇਂ ਸਿੱਖੀ ਸਰੂਪ ਦੀਆਂ ਬੁਨਿਆਦੀ ਪਹਿਰਾਵਾ ਜੋ ਹੈਗਾ ਆ ਸਾਡਾ ਰਵਾਇਤੀ ਪਹਿਰਾਵਾ ਕੋਈ ਚੋਲਾ ਪਾ ਲਵੇ ਦੁਮਾਲਾ ਸਜਾ ਲਵੇ ਅਤੇ ਬਹੁਤ ਸਾਰਿਆਂ ਨੂੰ ਲੱਗਦਾ ਕਿ ਨਹੀਂ ਇਹ ਇੱਕ ਇੰਸਟਾਗ੍ਰਾਮੀਆ ਫੈਸ਼ਨ ਹੈ ਜਾਂ ਮਤਲਬ ਉਹ ਇਹਨੂੰ ਆਊਟਡੇਟਡ ਜਾਂ ਆਊਟਸਾਈਡਰ ਕਹਿਣ ਲੱਗ ਜਾਣਗੇ ਜਾਂ ਉਹਨੂੰ ਇਹ ਕਹਿ ਜਾਣਗੇ ਵੀ ਇਹ ਜਸਟ ਇੱਕ ਫੈਸ਼ਨ ਹੈ ਮਤਲਬ ਪਰ ਇਹ ਵੀ ਤਾਂ ਹੋ ਸਕਦਾ ਕਿ ਅਸੀਂ ਆਪਣੀ ਰਵਾਇਤ ਦੇ ਜਾਂ ਜਿਵੇਂ ਮੰਨ ਲਓ ਕਿ ਮੇਰਾ ਦੋਸਤ ਹੈ ਮਨਜੀਤ ਸਿੰਘ ਰਾਜਪੁਰਾ ਉਹ ਅੱਜ ਕੱਲ੍ਹ ਚਾਦਰਾ ਬੰਨ ਕੇ ਜਾਂਦਾ ਆ ਅਤੇ ਬਹੁਤ ਸਾਰੇ ਉਹਨੂੰ ਕਹਿ ਦਿੰਦੇ ਆ ਕਿ ਨਹੀਂ ਇਹ ਕੀ ਉਹਨੂੰ ਲੱਗਦਾ ਬਹੁਤ ਸਾਰਿਆਂ ਨੂੰ ਲੱਗਦਾ ਕਿ ਇੱਕ ਅਜੀਬ ਤਰ੍ਹਾਂ ਦਾ ਤਮਾਸ਼ਾ ਰਚਾਇਆ ਹੋਇਆ ਆ ਅਤੇ ਮਤਲਬ ਇਸ ਨਾਲੋਂ ਨਾਲ ਇਹ ਗੱਲਾਂ ਤੁਰਦੀਆਂ ਨੇ ਮਤਲਬ ਇਹ ਸਿਰਫ ਉਦਾਹਰਣ ਮਾਤਰ ਹੈ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਨੇ ਭਾਵੇਂ ਸਾਡੇ ਰਸੋਈ ਦੇ ਅੰਦਰ ਹੋਵੇ ਸਾਡੇ ਖਾਣ ਪਾਣ ਦੇ ਵਿੱਚ ਹੋਵੇ ਹੁਣ ਸਾਡੇ ਖਾਣ ਪਾਣ ਸੱਭਿਅਤਾ ਦਾ ਵੀ ਇੱਕ ਖਾਣ ਪਾਣ ਹੈ ਹੈ ਨਾ ਅਸੀਂ ਕਹਿੰਦੇ ਹਾਂ ਕਿ ਇੱਕ ਅਸੀਂ ਚੀਨ ਨਾ ਗਏ ਹੋਈਏ ਇਟਲੀ ਨਾ ਗਏ ਹੋਈਏ ਪਰ ਉੱਥੋਂ ਦਾ ਇੱਕ ਭੋਜਨ ਹੈ ਜਿਹੜਾ ਸਾਡੇ ਤੱਕ ਪਹੁੰਚਦਾ ਆ ਅਤੇ ਅਸੀਂ ਕਹਿੰਦੇ ਹਾਂ ਵੀ ਹਾਂ ਇਹ ਖਾ ਰਹੇ ਹਾਂ ਹੈ ਨਾ ਇਸੇ ਤਰ੍ਹਾਂ ਪੰਜਾਬ ਦਾ ਵੀ ਬਹੁਤ ਸਾਰਾ ਖਾਣ ਪਾਣ ਦੇ ਨਾਲ ਵੀ ਅੱਗੇ ਵੱਧਦਾ ਆ ਸੋ ਜਿਹੜਾ ਇਸ ਤਰ੍ਹਾਂ ਦਾ ਇਸ ਨੂੰ ਤੁਸੀਂ ਕਿਵੇਂ ਸੋਚਦੇ ਹੋ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਂਦਾ ਇੱਕ ਜੀ ਇੱਥੇ ਇੱਕ ਸਟੋਰ ਹੈ ਉਹਦਾ ਨਾਮ ਹੈਗਾ ਲੰਡਨ ਡਰੱਗਸ ਓਕੇ ਉਹਦੇ ਵਿੱਚ ਇੱਕ ਨਿਹੰਗ ਸਿੰਘ ਘੁੰਮ ਰਿਹਾ ਸੀਗਾ ਤੇ ਅਸੀਂ ਦੋ ਦੋਸਤ ਉੱਥੇ ਸੀਗੇ ਤੇ ਜਦੋਂ ਉਹਨੇ ਉਹਦਾ ਮੁੱਖ ਸਾਡੇ ਵੱਲ ਹੋਇਆ ਤੇ ਉਹ ਗੋਰਾ ਸੀਗਾ ਜੀ ਤੇ ਜਿਹੜਾ ਮੇਰੇ ਨਾਲ ਸੀਗਾ ਬੰਦਾ ਉਹ ਕਹਿੰਦਾ ਵੀ ਇਹਨਾਂ ਨੂੰ ਕੀ ਹੋ ਗਿਆ ਜੀ ਸੋ ਪੁਰਾਣੀ ਕੀ ਚੀਜ਼ ਹੈ ਪੁਰਾਣਾ ਆਊਟਡੇਟਡ ਆਪਾਂ ਕਿਹਨੂੰ ਮੰਨਦੇ ਹਾਂ ਕਿੱਦਾਂ ਮੰਨਦੇ ਹਾਂ ਹੁਣ ਜੇ ਮੈਂ ਉਸ ਬੰਦੇ ਨੂੰ ਪੁੱਛੂਗਾ ਵੀ ਯੂ ਆਰ ਆਊਟਡੇਟਡ ਜੀ ਮੈਨੂੰ ਪਤਾ ਨਹੀਂ ਉਹਦਾ ਜਵਾਬ ਕੀ ਹੋਏਗਾ ਯੂ ਆਰ ਆਊਟਡੇਟਡ ਜੀ ਸੋ ਇਹ ਜਿਹੜੀਆਂ ਨਾ ਆਪਾਂ ਗੱਲ ਕਰਦੇ ਹਾਂ ਖਾਣੇ ਦੀ ਪਹਿਰਾਵੇ ਦੀ ਬੋਲੀ ਦੀ ਫੇਸ ਦੀ ਇਹ ਸਾਰੀਆਂ ਨਾ ਰਾਜ ਸ਼ਕਤੀ ਦੇ ਕਮਾਲ ਨੇ ਇਹ
ਜਦੋਂ ਕਿਸੇ ਕੋਲ ਰਾਜ ਆਉਂਦਾ ਉਹ ਤੁਹਾਨੂੰ ਦੱਸਦਾ ਕਿ ਤੁਸੀਂ ਸੜਕ ਦੇ ਕਿਹੜੇ ਪਾਸੇ ਗੱਡੀ ਚਲਾਉਣੀ ਹੈ ਜੀ। ਤੁਹਾਨੂੰ ਬੁਖਾਰ ਹੋਵੇ ਤੁਸੀਂ ਉਹਨੂੰ ਫੈਰਨਹਾਈਟ ਚ ਗਿਣਨਾ ਹੈ ਕਿ ਸੈਲਸੀਅਸ ਚ ਮਿਲਣਾ ਹੈ। ਤੁਸੀਂ ਆਪਣਾ ਸਫ਼ਰ ਤੈਅ ਕਰਨਾ ਉਹਨੂੰ ਕਿਲੋਮੀਟਰਾਂ ਚ ਕਰਨਾ ਕਿ ਮੀਲਾਂ ਚ ਕਰਨਾ। ਈਵਨ ਜੇ ਤੁਸੀਂ ਖਾਣਾ ਖਾਣਾ ਹੈ ਨਾ ਉਹ ਜਿਹੜੀ ਰਾਜ ਸ਼ਕਤੀ ਉਹ ਤੁਹਾਨੂੰ ਦੱਸਦੀ ਹੈ ਵੀ ਇਹਨੂੰ ਕਿਲੋਆਂ ਚ ਗਿਣਨਾ ਕਿ ਪਾਉਂਡਾਂ ਚ ਗਿਣਨਾ ਇਹਨੂੰ। ਸੋ ਇਹ ਰਾਜ ਸ਼ਕਤੀ ਦੇ ਕਮਾਲ ਨੇ। ਔਰ ਜਿਹਨਾਂ ਕੋਲ ਰਾਜ ਸ਼ਕਤੀ ਹੁੰਦੀ ਹੈ ਉਹ ਜਦੋਂ ਵੱਡੀਆਂ ਵੱਡੀਆਂ ਵੀ ਚੀਜ਼ਾਂ ਲੈਂਦੇ ਨੇ ਨਾ ਉਹ ਆਊਟਡੇਟਡ ਗੱਲਾਂ ਕਰਦੇ ਆ, ਉਹ ਉਹਦੇ ਪਹੀਏ ਦੇ ਥੱਲੇ ਇੱਕ ਨਿੰਬੂ ਰੱਖ ਦਿੰਦੇ ਨੇ ਜੀ। ਕਿਉਂਕਿ ਫਿਰ ਆਪਣਾ ਉਹਨਾਂ ਨੂੰ ਵੀ ਪੁੱਛਣਾ ਬਣਦਾ ਵੀ ਜਿਹੜਾ ਆਹ ਏਡਾ ਵੱਡਾ ਜਹਾਜ਼ ਆ ਇਹਦੇ ਥੱਲੇ ਨਿੰਬੂ ਕਿਉਂ ਰੱਖਿਆ ਗਿਆ। ਇਹ ਸਵਾਲ ਤਾਂ ਹਰੇਕ ਨੂੰ ਹੋਣਾ ਹੈ ਨਾ, ਇਕੱਲਾ ਸਿੱਖ ਨੂੰ ਨੀ ਹੋਏਗਾ ਕਿ ਤੁਹਾਡਾ ਪਹਿਰਾਵਾ। ਜਦੋਂ ਤੁਸੀਂ ਕੋਈ ਵੱਡੀ ਬਿਲਡਿੰਗ ਬਣਾਉਂਦੇ ਹੋ, ਲੈਸ ਕਿਸੇ ਨੇ ਪਾਰਲੀਮੈਂਟ ਬਣਾਈ ਆ, ਉੱਥੇ ਜਿਹੜਾ ਰਿਲੀਜੀਅਸ ਫੰਕਸ਼ਨ ਹੁੰਦਾ ਹੈ ਓਵਰ ਇੱਕ ਕੌਮ ਦਾ ਹੁੰਦਾ, ਉਹ ਵੀ ਆਪਣਾ ਪੁੱਛਣਾ ਬਣਦਾ ਹੈ ਵੀ ਫਿਰ ਉਹਦਾ ਕੀ ਮਤਲਬ ਹੈ ਵੀ ਉਹ ਆਊਟਡੇਟ ਨਹੀਂ ਹੋਇਆ ਹਲੇ ਜੀ। ਜਿਹੜੇ ਸਾਰੇ ਸਵਾਲ ਨੇ ਉਹ ਪੰਜਾਬੀ ਨੇ ਪੰਜਾਬੀ ਨੂੰ ਹੀ ਨਹੀਂ ਇਕੱਲੇ ਪੁੱਛਣੇ ਜਾਂ ਸਿੱਖ ਨੇ ਸਿੱਖ ਨੂੰ ਹੀ ਨਹੀਂ ਪੁੱਛਣੇ, ਆਪਾਂ ਬਾਕੀ ਕੌਮਾਂ ਕੀ ਕਰ ਰਹੀਆਂ ਨੇ। ਕਿ ਜਿਹੜੇ ਪਾਦਰੀ ਬੈਠਾ ਹੋਇਆ ਚਰਚ, ਜਿਹੜੇ ਮਸਜਿਦ ਚ ਬੈਠੇ ਹੋਏ ਨੇ ਜਾਂ ਜਿਹੜੇ ਜੂਇਸ਼ ਸੈਨਾਗਾਗ ਨੇ ਉਹਨਾਂ ਚ ਜਿਹੜੇ ਬੈਠੇ ਹੋਏ ਨੇ, ਆਪਾਂ ਪਹਿਰਾਵੇ ਦੇਖੀਏ ਕਿ ਉਹ ਆਊਟਡੇਟਡ ਹੋ ਗਏ ਨੇ ਜੀ। ਅਮਰੀਕਾ ਮਾਰਚ ਹੁੰਦਾ ਉਹਨਾਂ ਦਾ ਫੌਜ ਦਾ, ਸਾਰਿਆਂ ਤੋਂ ਅੱਗੇ ਜਿਹੜਾ ਉਹਨਾਂ ਦਾ ਫੌਜੀ ਹੁੰਦਾ ਉਹ ਇੱਕ ਪੁਰਾਣੀ ਸੈਰੇਮੋਨੀਅਲ ਸਵੋਰਡ ਲੈ ਕੇ ਤੁਰਦਾ ਹੈ ਜੀ। ਫਿਰ ਸਾਡਾ ਉਹਦੇ ਵੱਲ ਵੀ ਧਿਆਨ ਦੇਣਾ ਬਣਦਾ ਕਿ ਕੀ ਉਹਨਾਂ ਕੋਲ ਕੋਈ ਵਧੀਆ ਹਥਿਆਰ ਹੈ ਨੀ ਗੇ। ਤਾਂ ਆਪਣੇ ਆਮ ਹੁੰਦਾ, ਸਾਡੇ ਇੱਕ ਮਿੱਤਰ ਨੇ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਜੀ ਵੀ ਜੇ ਸਾਡੇ ਗੁਰੂ ਅੱਜ ਦੀ ਡੇਟ 'ਚ ਹੁੰਦੇ ਤਾਂ ਉਹਨਾਂ ਕੋਲ ਹਾਰਲੀ ਡੇਵਿਡਸਨ ਮੋਟਰਸਾਈਕਲ ਤੇ AK-47 ਹੋਣੀ ਸੀ ਜੀ, ਚਾਹੇ ਕੀ ਕਿਰਪਾਨ ਤੇ ਘੋੜੇ ਦੇ। ਮੈਂ ਕਿਹਾ ਜੀ ਤੁਹਾਡੇ ਕੋਲ ਹੈਗੇ ਨੇ? ਉਹ ਕਹਿੰਦਾ ਜੀ ਹੈ ਨੀ ਗੇ। ਕਈ ਵਾਰੀ ਆਪਾਂ ਨੂੰ ਨਾ ਥੋੜੀ ਜੀ ਆਪਾਂ ਨੂੰ ਨੀ ਮਤਲਬ ਥੋੜੇ ਵਰਗ ਨੂੰ ਜੀ, ਆਪਾਂ ਸ਼ਬਦ ਯੂਜ਼ ਕਰਦੇ ਹੁੰਦੇ ਕੰਨ ਰਸ, ਉਹਦੀ ਆਦਤ ਪੈ ਜਾਂਦੀ ਆ। ਔਰ ਆਪਾਂ ਜਿਹੜਾ ਕੋਈ ਆਪਾਂ ਨੂੰ ਬਿਆਨ ਦਿੰਦਾ ਹੈ ਉਹਨੂੰ ਆਪਾਂ ਉਹਦੀ ਪੜਚੋਲ ਨਹੀਂ ਕਰਦੇ ਜਾਂ ਉਹਨੂੰ ਕੰਟਰਡਿਕਟ ਨਹੀਂ ਕਰਦੇ। ਬਿਲਕੁਲ, ਜਿਹੜਾ ਜਦੋਂ ਅਸੀਂ ਪਹਾੜਾਂ ਵਿੱਚ ਜਾਂਦੇ ਹਾਂ ਜਾਂ ਦਰਿਆ ਦੇ ਨੇੜੇ ਬੈਠੇ ਹੁੰਦੇ ਹਾਂ, ਉੱਥੇ ਇੱਕ ਗੱਲ ਹੈ ਵੀ ਕਿਸੇ ਨੇ ਵੀ ਇੱਕ ਕੋਈ ਵੀ ਵੀਕ ਥੋਟ ਐਂਟਰਟੇਨ ਨਹੀਂ ਕਰਨੀ ਹੈਗੀ ਜੀ, ਵੀ ਆ ਪਹਾੜ ਡਿੱਗ ਪੂਗਾ। ਕਿਉਂਕਿ ਆਪਣਾ ਇਹ ਸੁਭਾਅ ਆ, ਆਪਾਂ ਜਦੋਂ ਬਹੁਤ ਵੱਡੀ ਚੀਜ਼ ਦੇਖਦੇ ਹਾਂ ਨਾ, ਜੇ ਪੁਲ ਉੱਪਰੋਂ ਜੀ ਲੰਘੇ ਜੀ, ਆਪਾਂ ਕਹਿੰਦੇ ਇਹ ਡਿੱਗ ਪਵੇ। ਬਿਲਕੁਲ, ਪਹਾੜੀ ਜੇ ਡਿੱਗ ਪਵੇ, ਸਮੁੰਦਰ ਦੇਖ ਲਿਆ ਜੇ ਆਪਾਂ ਡੁੱਬ ਗਏ ਜੀ, ਪਤਾ ਨੀ ਕਿੱਥੋਂ ਆਪਣੇ ਚ। ਕਿਉਂਕਿ ਆਪਾਂ ਪੜਚੋਲ ਤਾਂ ਵਧੀਆ ਹੈ ਪਰ ਜੀ ਖੇਤੀ ਹੈ ਉਹ ਵਧੀਆ ਗੱਲ ਨੀ ਹੈਗੀ ਉਹ। ਹਾਂ, ਕਿਉਂਕਿ ਸਾਡੀਆਂ ਜੜ੍ਹਾਂ 'ਚ ਤਾਂ ਇਹ ਵੀ ਇੱਕ ਬਹੁਤ ਖੂਬਸੂਰਤ ਉਦਾਹਰਨ ਹੈ ਕਿ ਅਸੀਂ ਮੌਤ ਨੂੰ ਵੀ ਮਾੜਾ ਨਹੀਂ ਮੰਨਦੇ, ਹੈ ਨਾ, ਅਤੇ ਅਸੀਂ ਮਰਨ ਨੂੰ ਵੀ ਉਸੇ ਤਰ੍ਹਾਂ ਹੀ ਮੰਨਦੇ ਹਾਂ ਕਿ ਉਨੀ ਕੁ ਹੀ ਸਹਿਜ ਅਵਸਥਾ ਹੈ ਜਿਸ ਤਰ੍ਹਾਂ ਜੰਮਣਾ ਆ ਜੀ ਜੀ ਜੀ। ਅਤੇ ਇਸੇ ਕਰਕੇ ਪਾਤਸ਼ਾਹ ਤਾਂ ਇਹ ਵੀ ਫਰਮਾ ਦਿੰਦੇ ਨੇ ਕਿ ਪਹਿਲਾਂ ਮਰਨ ਕਬੂਲ ਕਰ ਜੀ ਜੀ। ਅਤੇ ਇਹ ਵੀ ਸਾਡੀਆਂ ਜੜ੍ਹਾਂ ਦੇ ਵਿੱਚ ਕਿਤੇ ਹੈ ਆ ਜੀ ਜੀ। ਅਤੇ ਮੈਨੂੰ ਲੱਗਦਾ ਕਿ ਇਹੋ ਖੂਬਸੂਰਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਤੁਰਨਾ ਹੈ ਅਤੇ ਜਿਨ੍ਹਾਂ ਦੇ ਨਾਲ ਤੁਰਦੇ ਹੋਏ ਅਸੀਂ ਬਣਨਾ ਹੈ ਜੀ ਜੀ ਜੀ। ਔਰ ਇਹੀ ਕਾਰਨ ਹੈ ਕਿ ਜਦੋਂ ਨਾ ਆਪਾਂ ਸੁੱਤੇ ਹੁੰਦੇ ਹਾਂ ਔਰ ਆਪਾਂ ਨੂੰ ਕੋਈ ਜਗਾਉਂਦਾ ਹੈ ਆ ਕੇ, ਉਹ ਜੇ ਤੁਸੀਂ ਪੰਜਾਬ 'ਚ ਇਹ ਗੱਲ ਅੱਜ ਦੀ ਸਮੇਂ 'ਚ ਸੁਣੋਗੇ ਨਾ, ਜੇ ਕੋਈ ਕਹੇਗਾ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਤੇ ਉਹਦੇ ਤੇ ਕਾਫੀ ਸ਼ੰਕੇ ਹੋਣਗੇ ਕਿ ਇਹ ਥੋਟ ਕਿੱਥੋਂ ਆ ਗਈ। ਗੱਲ ਆਈ ਅਗਰੀ ਵਿਦ ਯੂ ਕਿ ਇਹ ਤਾਂ ਸਾਡੇ ਕੋਰ 'ਚ ਪਈ ਹੋਈ ਹੈ ਜੀ। ਯਾ ਸੋ ਜਿਹੜੀ ਇੱਕ ਦੇਹੀ ਹੈ ਇੱਕ ਵਿਦੇਹੀ ਆ, ਸੋ ਜਦ ਤੱਕ ਆਪਾਂ ਦੇਹ ਨਾਲ ਜੁੜੇ ਹੋਏ ਆ ਉਦੋਂ ਤੱਕ ਤਾਂ ਸਾਰੇ ਮਸਲੇ ਹੀ ਮਸਲੇ ਨੇ ਜੀ ਜੀ ਜੀ। ਜਦੋਂ ਵਿਦੇਹੀ ਵਾਲੀ ਥੋਟ ਆ ਗਈ ਫਿਰ ਤਾਂ ਪਾਤਸ਼ਾਹ ਹੀ ਦਾਵਾ ਆ ਗਿਆ ਜੀ ਫਿਰ ਤਾਂ। ਬਿਲਕੁਲ ਬਿਲਕੁਲ ਬਿਲਕੁਲ, ਅਤੇ ਕੰਸੈਪਟ ਬਹੁਤ ਸੋਹਣਾ ਆ। ਅਤੇ ਥੋੜ੍ਹਾ ਜਿਹਾ ਆਪਾਂ ਜਾਂਦੇ ਜਾਂਦੇ ਇਹ ਇੱਕ ਦੋ ਇਹ ਜ਼ਰੂਰ ਮੇਰੀ ਇੱਛਾ ਰਹਿੰਦੀ ਹੈ ਕਿ ਠੀਕ ਹੈ ਕਲੈਕਸ਼ਨ ਤਾਂ ਇੱਕ ਬਹੁਤ ਲੰਮੇ ਸਮੇਂ ਤੱਕ ਚੱਲੇਗੀ ਅਤੇ ਹੌਲੀ ਹੌਲੀ ਉਹ ਇੱਕ ਹੋਰ ਵੱਡਾ ਰੂਪ ਲੈ ਕੇ ਆਏਗਾ, ਹੌਲੀ ਹੌਲੀ
ਉਸ ਦੇ ਵਿੱਚ ਹੋਰ ਬਹੁਤ ਸਾਰੇ ਨਵੇਂ ਸੰਵਾਦ ਤੁਰਨਗੇ ਅਤੇ ਇਹ ਚੰਗੀ ਗੱਲ ਆ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਇਸੇ ਤਰ੍ਹਾਂ ਹੋਰ ਬੰਦਿਆਂ ਦੀ ਵੀ ਆਪਣੀ ਪ੍ਰੇਰਣਾ ਬਣੇਗੀ, ਹੋਰ ਬੰਦੇ ਤੁਹਾਡੇ ਪੈਰਲਰ ਕਰ ਵੀ ਰਹੇ ਹੋਣਗੇ, ਕਰ ਵੀ ਚੁੱਕੇ ਨੇ, ਅਤੇ ਇਸੇ ਦੇ ਵਿੱਚ ਵੀ ਜੇ ਵਣਜਾਰਾ ਅਜਾਇਬ ਘਰ ਦਾ ਇੱਕ ਸਮਝਣਾ ਹੋਵੇ ਵੀ ਹੁਣ ਤੱਕ ਤੁਸੀਂ ਜੇ ਕੋਈ ਖਾਸ ਕਲੈਕਸ਼ਨ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਚਾਹੋ ਵੀ ਉਹ ਕੀ ਹੈ, ਅਤੇ ਦੂਸਰਾ ਵੀ ਲੋਕਾਂ ਦੇ ਵਿੱਚ ਹੋਏਗਾ ਕਿ ਕਿਉਂਕਿ ਤੁਸੀਂ ਦੋਵੇਂ ਤਰ੍ਹਾਂ ਦੇ ਕੰਮ ਕਰ ਰਹੇ ਹੋ, ਤੁਸੀਂ ਨਾਲ ਨਾਲ ਇੱਕ ਸੰਗਤ ਰੂਪ ਦੇ ਵਿੱਚ ਸੰਵਾਦ ਦੇ ਰੂਪ ਦੇ ਵਿੱਚ ਵੀ ਅਜਾਇਬ ਘਰ ਤੋਰਦੇ ਹੋ, ਹੈ ਨਾ, ਅਤੇ ਇੱਕ ਯਾਤਰਾ ਦੇ ਉੱਤੇ ਨਿਕਲਦੇ ਹੋ, ਨਾਲ ਤੁਹਾਡਾ ਇਹ ਵੀ ਕੰਸੈਪਟ ਹੈ ਕਿ ਵਣਜਾਰਾ ਨੋਮੈਡ ਕਲੈਕਸ਼ਨ ਇੱਕ ਅਜਾਇਬ ਘਰ ਸਰੀ ਦੇ ਵਿੱਚ ਇਸ ਤਰ੍ਹਾਂ ਬਣਾਈਏ, ਅਤੇ ਉਸ ਦੇ ਵਿੱਚ ਕੀ ਕਲੈਕਸ਼ਨ ਹੈ ਅਤੇ ਹੋਰ ਆਉਣ ਵਾਲੇ ਸਮੇਂ ਦੇ ਅੰਦਰ ਇੱਕ ਸੁਪਨਾ ਕੀ ਹੈ ਤੁਹਾਡਾ, ਹੈ ਨਾ, ਜੇ ਇਸ ਨੂੰ ਆਪਾਂ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸ ਸਕੀਏ, ਸਾਂਝਾ ਕਰ ਸਕੀਏ ਆਪਣੇ ਦਿਲ ਦੇ ਵੱਲ ਵਾਲੇ। ਜੀ, ਜਿਹੜੀਆਂ ਆਪਣੇ ਕੋਲ ਕਲੈਕਸ਼ਨ ਹੈ ਜੀ, ਉਹ ਤਕਰੀਬਨ 1676 ਤੋਂ ਸ਼ੁਰੂ ਹੋ ਕੇ ਹੁਣ ਤੱਕ ਕਹਿ ਸਕਦੇ ਹਾਂ ਆਪਾਂ। ਉਹਦੇ ਵਿੱਚ ਲਾਹੌਰ ਤੋਂ ਛਪੀਆਂ ਹੋਈਆਂ ਪੁਰਾਣੀਆਂ ਪੰਜਾਬੀ ਇੰਗਲਿਸ਼ ਡਿਕਸ਼ਨਰੀਜ਼ ਨੇ, ਉੱਥੋਂ ਦੀਆਂ ਛਪੀਆਂ ਕਿਤਾਬਾਂ ਨੇ, ਕੁਛ ਪੋਥੀਆਂ ਨੇ ਪੁਰਾਣੀਆਂ ਜਿਹੜੀਆਂ ਆਪਾਂ ਆਉਂਦੇ ਸਮੇਂ 'ਚ ਸ਼ੇਅਰ ਕਰਾਂਗੇ, ਕੁਛ ਮੈਡਲ ਨੇ ਪੁਰਾਣੇ, ਔਰ ਕਾਫੀ ਇਤਿਹਾਸ ਉਹ ਹੈ ਜਿਹੜਾ ਗੈਰਾਂ ਨੇ ਆਪਣੇ ਬਾਰੇ ਲਿਖਿਆ ਹੋਇਆ ਜਾਂਦੇ ਸੀਗੇ, ਕਿਉਂਕਿ ਮੈਂ ਬੜਾ ਕਹਿ ਲਓ ਆਲਮ ਫਾਜ਼ਲ ਤਾਂ ਹੈ ਨਹੀਂ ਗਾ, ਨਾ ਹੀ ਮੈਂ ਬੜਾ ਪੜ੍ਹਿਆ ਲਿਖਿਆ ਹੋਇਆ, ਪਰ ਮੈਂ ਦੇਖ ਰਿਹਾ ਕਿ ਜਿਹੜੀਆਂ ਕਿਤਾਬਾਂ ਵਿੱਚ ਈਵਨ ਆਪਣੀ ਯੂਨੀਵਰਸਿਟੀ 'ਚ, ਮੈਂ ਮਾਫ਼ੀ ਚਾਹੁੰਦਾ, ਪਰ ਜਿਹੜੇ ਆਪਣੇ ਇੰਟਲੈਕਚੁਅਲ ਕੋਟ ਕਰ ਰਹੇ ਨੇ, ਆਪਣੇ ਕੋਲ ਕਿਤਾਬਾਂ ਪੁਰਾਣੀਆਂ ਹੈਗੀਆਂ ਨੇ ਜਿਹੜੀਆਂ 1800 'ਚ 1850 'ਚ ਛਪੀਆਂ, ਕਈ ਕਿਤਾਬਾਂ ਹੈਗੀਆਂ ਉਹ ਦਲੀਪ ਸਿੰਘ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਛਪੀਆਂ ਹੋਈਆਂ ਨੇ ਜੀ, ਪਰ ਉਹ ਕਿਤਾਬਾਂ ਜਿਹੜੀਆਂ ਨੇ ਦੇ ਆਰ ਨਾਟ ਦਾ ਅਲਟੀਮੇਟ ਟਰੂਥ। ਸੋ ਜਦੋਂ ਉਹਨੂੰ ਦੇਖ ਕੇ ਆਪਾਂ ਕੋਟ ਕਰਦੇ ਹਾਂ, ਜਿਹੜਾ ਇੱਕ ਮੇਰੇ ਵਰਗਾ ਪੜ੍ਹਿਆ ਲਿਖਿਆ ਨਹੀਂ ਹੈਗਾ, ਉਹ ਪੜ੍ਹੇ ਲਿਖੇ ਨਾਲ ਜਦੋਂ ਡਿਬੇਟ ਕਰਦਾ ਆ, ਇਹ ਮੁਸ਼ਕਿਲ ਆ ਰਹੀ ਹੈ ਕਿ ਉਹ ਪੜ੍ਹਿਆ ਲਿਖਿਆ ਕਹਿ ਰਿਹਾ ਮੈਂ ਕਿਤਾਬ 'ਚੋਂ ਬੋਲ ਰਿਹਾ, ਤੇ ਮੈਂ ਕਹਿ ਰਿਹਾ ਨਹੀਂ, ਇਹ ਤਾਂ ਮੈਨੂੰ ਮੇਰੇ ਬਜ਼ੁਰਗਾਂ ਨੇ ਦੱਸਿਆ ਹੋਇਆ। ਬਿਲਕੁਲ, ਇੱਕ ਕੰਟਰਡਿਕਸ਼ਨ ਉਹ ਆ ਰਹੀ ਹੈ ਕਾਫੀ, ਪਰ ਡਿਪੈਂਡ ਇਹ ਕਰਦਾ ਕਿ ਤੁਹਾਡੇ ਰੈਫਰੈਂਸ ਪੁਆਇੰਟ ਕੀ ਨੇ ਜੀ, ਆਪਣੀ ਕੰਡੀਸ਼ਨਿੰਗ ਕਿੱਦਾਂ ਹੋਈ ਹੋਈ ਆ ਤੇ ਆਪਣੇ ਰੈਫਰੈਂਸ ਪੁਆਇੰਟ ਕੀ ਨੇ। ਕਾਫੀ ਜ਼ੋਰ ਇਹ ਹੈ ਕਿ ਰੈਫਰੈਂਸ ਪੁਆਇੰਟ ਖਤਮ ਕਰਕੇ ਨਵੇਂ ਬਣਾਏ ਜਾਣ ਜੀ। ਆਪਾਂ ਕੋਟ ਵੀ ਕਰਦੇ ਆ ਨਾ, ਜਿਹੜੀ ਆਪਾਂ ਕੋਟ ਕਰਨ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਸੁਰਤ ਕਿੱਥੇ ਖੜੀ ਹੋਈ ਹੈ ਜੀ। ਆਲ ਕਮ ਬੈਕ ਟੂ ਦਾ ਜਿੱਦਾਂ ਬੁੱਕਸ ਐਂਡ ਆਲ, ਕੁਛ ਮੈਡਲ ਨੇ, ਕੁਛ ਪੁਰਾਣੇ ਜਿਹੜੇ ਈਵਨ ਗੋਰੇ ਜਰਨੈਲ ਹੋਏ ਨੇ ਜੀ, ਉਹਨਾਂ ਦੀਆਂ ਪਰਸਨਲ ਚੀਜ਼ਾਂ ਨੇ ਆਪਣੇ ਕੋਲ। ਸੋ ਅਗੇਨ ਆਪਣੇ ਆਪ ਨੂੰ 1849 'ਚ ਉਸ ਖਿੱਤੇ 'ਚ ਖੜੇ ਕਰਕੇ ਜੋ ਕੁਛ ਆਪਣੇ ਆਲੇ ਦੁਆਲੇ ਹੋ ਰਿਹਾ ਸੀਗਾ ਉਹਨੂੰ ਦੇਖਣ ਦਾ, ਪਰ ਖੁਦ ਨੂੰ ਸਮਝਣ ਦਾ ਇਹ ਇਹ ਕੋਸ਼ਿਸ਼ ਹੈ ਇਹ। ਬਿਲਕੁਲ। ਸੋ ਪੰਡਾਲ ਸਾਹਿਬ, ਗੱਲਾਂ ਬਾਤਾਂ ਬਹੁਤ ਖੂਬਸੂਰਤ ਹੋਈਆਂ ਨੇ ਅਤੇ ਮੈਨੂੰ ਲੱਗਦਾ ਕਿ ਵਣਜਾਰਾ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਦਾ, ਜਿਹੋ ਜਿਹੀ ਇਹ ਮੁਲਾਕਾਤ ਹੈ ਆਪਣੀ, ਕਿ ਪੰਜਾਬ ਬੈਠੇ ਮੇਰੇ ਨਾਲ ਅਤੇ ਉਸ ਪੰਜਾਬ ਬੈਠੇ ਕੈਨੇਡਾ ਦੇ ਵਿੱਚ ਤੁਹਾਡੇ ਨਾਲ। ਮੈਨੂੰ ਲੱਗਦਾ ਕਿ ਇਹ ਸਿਲਸਿਲਾ ਅੱਗੇ ਵੀ ਤੁਰਦਾ ਰਹੇਗਾ ਅਤੇ ਆਪਾਂ ਇਸੇ ਤਰ੍ਹਾਂ ਆਪਣੇ ਦਰਸ਼ਕਾਂ ਦੇ ਲਈ ਦੁਬਾਰਾ ਫੇਰ ਮਿਲਾਂਗੇ। ਅੱਜ ਦੀ ਮੁਲਾਕਾਤ ਬਹੁਤ ਵਧੀਆ ਰਹੀ, ਤੁਸੀਂ ਸਾਨੂੰ ਸਮਾਂ ਦਿੱਤਾ, ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਆਪਣੇ ਵਣਜਾਰਾ ਅਜਾਇਬ ਘਰ ਬਾਰੇ ਗੱਲਾਂ ਦੱਸੀਆਂ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ।